ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਰਾਣੀ ਮਹਾਲ ਤੁਹਾਡੇ ਨਾਲ ਇੱਕ ਵਾਰ ਫਿਰ ਰੂਬਰੂ ਹੋਣ ਜਾ ਰਹੀ ਹੈ ਇੱਕ ਨਵੇਂ ਟੌਪਿਕ ਦੇ ਨਾਲ, ਜੋ ਅੱਜ ਤੋਂ ਸਦੀਆਂ ਪੁਰਾਣਾ ਸਾਡੇ ਇੱਕ ਜਨਰੇਸ਼ਨ ਟੂ ਜਨਰੇਸ਼ਨ ਸਾਡੇ ਨਾਲ ਜੁੜਿਆ ਹੋਇਆ, ਜਿਹਨੂੰ ਕਹਿੰਦੇ ਆ ਮੁੰਡੇ ਅਤੇ ਕੁੜੀ ਦਾ ਫਰਕ, ਮੇਲ ਐਂਡ ਫੀਮੇਲ ਜੈਂਡਰ ਡਿਫਰੈਂਸ। ਉਹ ਇੱਕ ਤਰ੍ਹਾਂ ਦੇ ਨਾਲ ਅਸੀਂ ਦੁਨੀਆ ਦੇ ਵਿੱਚ ਗਲੋਬਲਾਈਜ਼ ਹੋ ਗਏ ਹਾਂ, ਇਹ ਰਹਿੰਦੇ ਰਹਿੰਦੇ ਅਸੀਂ ਦੁਨੀਆ ਦੀ ਹਰ ਚੀਜ਼ ਨੂੰ ਅਡਾਪਟ ਕਰ ਲਿਆ ਹੋਇਆ, ਪਰ ਅਸੀਂ ਆਪਣੀ ਸੋਚ ਨੂੰ ਕਿਤੇ ਨਹੀਂ ਬਦਲ ਸਕੇ। ਮੈਂ ਉਹ ਸਾਰੇ ਮਾਂ ਬਾਪ ਜਾਂ ਸਾਰਿਆਂ ਦੇ ਲਈ ਨਹੀਂ ਕਹਿ ਰਹੀ, ਕੁਛ ਪਰਸੈਂਟੇਜ ਸਾਡੀ ਅਜੇ ਵੀ ਹੈਗੀ ਹੈ ਜਿਹੜੀ ਜੈਂਡਰ ਡਿਫਰੈਂਸ ਦੇ ਵਿੱਚ ਬਿਲੀਵ ਕਰਦੀ ਹੈ, ਜਾਂ ਜੈਂਡਰ ਡਿਫਰੈਂਸ ਇੱਕ ਅਮਿਊਨ ਦੀ ਤਰ੍ਹਾਂ ਉਹਨਾਂ ਦੇ ਅੰਦਰ ਵਸ ਗਿਆ, ਅਮਿਊਨ ਕਰ ਲਿਆ ਕਿ ਇਹ ਫਰਕ ਰਹਿੰਦਾ, ਇਹ ਫਰਕ ਹੈ। ਪਰ ਜਦੋਂ ਉਹਦੇ ਕਿੰਨੇ ਤਰ੍ਹਾਂ ਦੇ ਡਿਫਰੈਂਸਿਸ ਹੈਗੇ ਨੇ, ਮੈਂ ਪਹਿਲਾਂ ਇੱਕ ਡਿਫਰੈਂਸ ਤੋਂ ਸ਼ੁਰੂ ਕਰਾਂਗੀ। ਜਦੋਂ ਇਸ ਜ਼ਮਾਨੇ ਦੇ ਵਿੱਚ ਕੀ, ਉਸ ਤੋਂ ਪਹਿਲਾਂ ਦੇ ਜ਼ਮਾਨੇ ਵਿੱਚ ਵੀ, ਜਦੋਂ ਸਾਡੇ ਘਰ ਵਿੱਚ ਇੱਕ ਬੇਟੀ ਬਰਥ ਲੈਂਦੀ ਆ, ਸਾਨੂੰ ਖੁਸ਼ੀ ਹੁੰਦੀ ਆ, ਬੜੇ ਪਿਆਰ ਨਾਲ ਅਸੀਂ ਪਾਲਦੇ ਹਾਂ। ਪਰ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੀ ਇੱਕ ਇੱਛਾ ਹੁੰਦੀ ਕਿ ਮੇਰੇ ਘਰ ਇੱਕ ਮੁੰਡਾ ਵੀ ਹੋਵੇ, ਮੁੰਡਾ ਇਨ ਦਾ ਸੈਂਸ ਮੇਲ ਜੈਂਡਰ ਵੀ ਹੋਵੇ। ਮੇਲ ਜੈਂਡਰ ਦੇ ਨਾਲ ਉਹਨਾਂ ਨੂੰ ਇੱਕ ਇਹ ਚੀਜ਼ ਹੁੰਦੀ ਕਿ ਮੇਰਾ ਖਾਨਦਾਨ ਚੱਲਦਾ, ਉਹਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈ ਕਿ ਉਹ ਹਿੰਦੂ ਧਰਮ ਨਾਲ ਬਿਲੋਂਗ ਕਰਦਾ, ਸਿੱਖ ਧਰਮ ਨਾਲ ਬਿਲੋਂਗ ਕਰਦਾ, ਜਾਂ ਉਹ ਸਰਦਾਰ ਫੈਮਿਲੀ ਹੈ, ਜਾਂ ਉਹ ਕੋਈ ਜੈਨ ਹੈ, ਜਾਂ ਉਹ ਕੋਈ ਮੁਸਲਿਮ ਫੈਮਿਲੀ ਹੈ। ਉਹ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਵਿੱਚ ਇਹ ਚੀਜ਼ ਹੈ, ਜਿਹਨੂੰ ਅਸੀਂ ਕਿੰਨੀ ਵਾਰੀ ਮੰਨਦੇ ਹਾਂ, ਕਿੰਨੀ ਵਾਰੀ ਅਸੀਂ ਡਿਨਾਇਲ ਹੁੰਦੇ ਹਾਂ। ਡਿਨਾਇਲ ਇਨ ਦਾ ਸੈਂਸ, ਅਸੀਂ ਪਬਲਿਕ 4 ਬੰਦਿਆਂ ਵਿੱਚ ਬੈਠ ਕੇ ਜ਼ਰੂਰ ਕਹਿ ਦਿੰਦੇ ਹਾਂ, ਮੈਨੂੰ ਕੋਈ ਫਰਕ ਨਹੀਂ, ਮੇਰੀਆਂ ਤਾਂ ਧੀਆਂ ਮੁੰਡਿਆਂ ਵਰਗੀਆਂ ਹੀ ਨੇ, ਮੈਂ ਇਹਨਾਂ ਨੂੰ ਮੁੰਡਿਆਂ ਵਾਂਗੂ ਹੀ ਪਾਲ ਰਿਹਾ, ਮੁੰਡਿਆਂ ਵਾਂਗੂ ਹੀ ਇਹਨਾਂ ਦੀ ਟੇਕ ਕੇਅਰ ਕਰ ਰਿਹਾ। ਪਰ ਜਦੋਂ ਅਸੀਂ ਘਰ ਜਾਂਦੇ ਹਾਂ, ਸਾਡੀ ਜਦੋਂ ਇੱਕ ਘਰ ਜਾਂਦੇ ਹਾਂ, ਘਰ ਜਾ ਕੇ ਸਾਡੀ ਪਰਸਨੈਲਿਟੀ ਦੇ ਵਿੱਚੋਂ ਚੇਂਜ ਆਉਂਦੀ ਆ, ਅਸੀਂ ਆਪਣੇ ਘਰ ਵਿੱਚ ਦੇਖਦੇ ਹਾਂ ਕਿ ਮੇਰੇ ਘਰ ਦੋ ਬੇਟੀਆਂ ਨੇ, ਮੇਰੇ ਗੁਆਂਢੀ ਜਾਂ ਮੇਰੇ ਰਿਸ਼ਤੇਦਾਰ ਦੇ ਘਰ ਇੱਕ ਬੇਟਾ ਬੇਟੀ ਜਾਂ ਮਿਕਸ ਫੈਮਿਲੀ ਜਿਹਨੂੰ ਕਹਿ ਦਿਓ ਹੈਗੀ ਆ। ਪਰ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ? ਕਿਉਂਕਿ ਇਹ ਕਿਤੇ ਅਸੀਂ ਉਸ ਸਮਾਜ ਦੇ ਵਿੱਚ ਰਹਿੰਦੇ ਹਾਂ, ਜਿਸ ਸਮਾਜ ਨੇ ਸਾਡੇ ਇਨਸਾਨੀਅਤ ਦੇ ਰਿਸ਼ਤਿਆਂ ਨੂੰ ਇੱਕ ਡਿਵੀਜ਼ਨ ਦੇ ਦਿੱਤੇ ਆ। ਜੇ ਅਸੀਂ ਸਹੀ ਮਾਇਨੇ 'ਚ ਦੇਖੇ, ਅਸੀਂ ਇਨਸਾਨ ਨਹੀਂ ਬਣੇ, ਅਸੀਂ ਜੀਵ ਦੁਨਿਆਵੀ ਜੀਵ ਬਣ ਕੇ ਰਹਿ ਗਏ ਹਾਂ। ਜਦੋਂ ਤੱਕ ਤੁਸੀਂ ਆਪਣੇ ਆਪ ਦੇ ਅੰਦਰ ਇਹ ਚੀਜ਼ ਦੀ ਧਾਰਨਾ ਨਹੀਂ ਕਰ ਲੈਂਦੇ ਕਿ ਇੱਕ ਮੁੰਡੇ ਅਤੇ ਕੁੜੀ 'ਚ ਕੋਈ ਫਰਕ ਨਹੀਂ ਹੁੰਦਾ, ਉਹਨਾਂ ਦੀ ਡਿਊਟੀਜ਼ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਜੇ ਇੱਕ ਮੇਲ ਕੰਮ ਕਰਨ ਜਾਂਦਾ ਤਾਂ ਫੀਮੇਲ ਵੀ ਜੋਬ ਕਰਦੇ, ਇੱਕ ਮੇਲ ਪੜ੍ਹ ਰਿਹਾ ਤਾਂ ਫੀਮੇਲ ਵੀ ਪੜ੍ਹ ਰਹੀ ਹੈ। ਜੇ ਘਰ ਵਿੱਚ ਸਾਡਾ ਕਲਚਰ ਅਜੇ ਤੱਕ ਮੁੰਡਿਆਂ ਨੂੰ, ਉਹਦੇ ਵਿੱਚ ਕਿਤੇ ਮੇਰੇ ਵਰਗੀਆਂ ਭੈਣਾਂ ਮਾਵਾਂ ਵੀ ਸ਼ਾਮਿਲ ਨੇ, ਸਾਡੀਆਂ ਮਾਵਾਂ ਵੀ ਸ਼ਾਮਿਲ ਸੀ ਕਿ ਮੁੰਡੇ ਘਰ ਦਾ ਕੰਮ ਨਹੀਂ ਕਰਦੇ, ਮੁੰਡੇ ਇਹ ਨਹੀਂ ਕਰਦੇ। ਉਸ ਟਾਈਮ ਦੇ ਉੱਤੇ ਮੰਨਿਆ ਜਾਂਦਾ ਸੀ, ਕਿਉਂਕਿ ਉਹ ਟਾਈਮ ਸੀ ਜਿਹੜਾ ਅੱਜ ਤੋਂ ਪਹਿਲੀ ਸਦੀ ਦਾ, ਉੱਥੇ ਲੇਡੀਜ਼ ਘਰ ਰਹਿੰਦੀਆਂ ਸੀ, ਘਰ ਦਾ ਕੰਮ ਹੁੰਦਾ ਸੀ, ਕਿਤੇ ਲੈਕ ਆਫ ਐਜੂਕੇਸ਼ਨ ਜਿਹਨੂੰ ਕਹਿ ਲਓ, ਸੋਰਸ ਨਹੀਂ ਸੀ ਹੁੰਦੇ ਫੀਮੇਲ ਜਾ ਕੇ ਕਿਤੇ ਹਾਇਰ ਸਟੱਡੀ ਜਾਂ ਹਾਇਰ ਐਜੂਕੇਸ਼ਨ ਲੈ ਕੇ ਕਿਤੇ ਬਾਹਰ ਜੋਬ ਕਰ ਸਕਣ। ਉਹਦਾ ਰੀਜ਼ਨ ਇਹੀ ਸੀ, ਇਕੁਅਲਿਟੀ, ਕਿ ਮੈਨ ਬਾਹਰ ਕੰਮ ਕਰਦਾ, ਚਲੋ ਲੇਡੀਜ਼ ਘਰ ਕੰਮ ਕਰਦੀਆਂ ਨੇ, ਘਰ ਸੰਭਾਲਦੀਆਂ ਨੇ, ਉਹ ਅੰਡਰਸਟੈਂਡ ਹੁੰਦਾ ਸੀ। ਅੱਜ ਤੋਂ ਪਹਿਲੇ ਸਦੀ ਅੰਡਰਸਟੈਂਡ ਕਰਦੇ ਹਾਂ ਅਸੀਂ, ਹੁਣ ਵੀ ਕਰਦੇ ਹਾਂ, ਪਹਿਲਾਂ ਵੀ ਕਰਦੇ। ਜੇ ਕਿਸੇ ਮੇਰੇ ਬਜ਼ੁਰਗ ਭੈਣ ਭਾਈ ਨੂੰ ਦੁੱਖ ਲੱਗੇ ਜਾਂ ਬੁਰਾ ਲੱਗੇ, ਉਹਦੇ ਨਾਲ ਮੈਂ ਸਹਿਮਤ ਹੈਗੀ ਹਾਂ ਕਿ ਉਹ ਪੁਰਾਣੀ ਸੋਚ 'ਚ ਬੈਠੇ ਹੋਏ ਨੇ। ਅੱਜ ਤੋਂ ਕਹਿ ਲਓ ਕਿ ਬਿਫੋਰ ਦਾ ਫਰੀਡਮ, ਫਰੀਡਮ ਤਾਂ ਮੈਂ ਨਹੀਂ ਕਹਿੰਦੇ, 47 ਤੋਂ ਪਹਿਲਾਂ ਦੀ ਗੱਲ ਹੋ ਸਕਦੀ ਹੈ, ਜਦੋਂ ਕਿ ਸਾਡੇ ਕੋਲ ਐਜੂਕੇਸ਼ਨ ਸਿਸਟਮ ਇੰਨਾ ਸਟਰੋਂਗ ਨਹੀਂ ਸੀ ਜਾਂ ਅਵੇਲੇਬਿਲਿਟੀ ਨਹੀਂ ਸੀਗੀ ਕਿਤੇ ਵੀ, ਉਹਦੇ ਵਿੱਚ ਤੁਸੀਂ ਇਸ ਚੀਜ਼ ਨੂੰ ਮੰਨ ਸਕਦੇ, ਉੱਥੇ ਵੀ ਇਕੁਅਲਿਟੀ ਸੀ ਮੇਲ ਅਤੇ ਫੀਮੇਲ ਦੇ ਵਿੱਚ। ਜੇ ਇੱਕ ਹਸਬੈਂਡ ਬਾਹਰ ਕੰਮ ਕਰਕੇ ਆਉਂਦਾ ਸੀ, ਉਹਦੀ ਜੋਬ ਸੀ ਬਾਹਰ ਦਾ, ਤਾਂ ਲੇਡੀ ਘਰ ਦਾ ਸੰਭਾਲਦੀ ਸੀ, ਕਿਉਂਕਿ ਲੇਡੀ ਦੀ ਕੈਪੇਬਿਲਿਟੀ ਉਸ ਟਾਈਮ 'ਤੇ ਘਰ ਵਿੱਚ ਰਹਿ ਕੇ ਕੰਮ ਕਰਦੀ ਸੀ। ਵੈਰੀ ਲੋ ਪਰਸੈਂਟੇਜ ਲੇਡੀਜ਼ ਸੀ ਜਿਹੜੀਆਂ ਪੜ੍ਹ ਕੇ ਬਾਹਰ ਕੰਮ ਕਰਦੀਆਂ ਸੀ, ਜਿਉਂ ਕਿ ਜਿਹੜੇ ਹਾਇਰ ਐਜੂਕੇਸ਼ਨ ਲੈਣ ਲਈ ਵੈਰੀ ਰੋਇਲ ਫੈਮਿਲੀ 'ਚ, ਜਾਂ ਤੁਹਾਨੂੰ ਪਤਾ ਸਾਡੇ ਜਿਹੜਾ ਘਰ ਕਹਿ ਲਓ ਸਾਡਾ ਇੰਡੀਆ ਵਿੱਚ ਇਹ ਚੀਜ਼ ਤਾਂ ਸ਼ੁਰੂ ਤੋਂ ਰਹੀ ਹੈ ਨਾ, ਰਿਚ ਅਤੇ ਮੀਡੀਅਮ ਕਲਾਸ ਪੂਅਰ ਦਾ ਅਤੇ ਸਮਾਜਵਾਦ ਹੈ ਨਾ, ਉਹ ਸਮਾਜਵਾਦ ਦੇ ਅਸੀਂ ਕਿਤੇ ਨਾ ਕਿਤੇ ਵਿਕਟਮ ਸਾਰੇ ਹੈਗੇ ਹਾਂ, ਜਿਹੜੇ ਉਸ ਜ਼ਮਾਨੇ 'ਚ ਵੀ ਬਹੁਤ ਰਿਚ ਸੀਗੇ ਉਹਨਾਂ ਦੀਆਂ, ਅਤੇ ਬੱਚੇ ਬੱਚੀਆਂ ਜੋ ਵੀ ਨੇ ਮੇਲ ਫੀਮੇਲ ਸਾਰੇ ਪੜ੍ਹਦੇ ਸੀ, ਉਹ ਤੋਂ ਲੋਅਰ ਕਲਾਸ 'ਤੇ ਨਹੀਂ, ਕਿਉਂਕਿ ਉਹ ਹਾਇਰ ਐਜੂਕੇਸ਼ਨ ਘਰਾਂ ਦੇ ਵਿੱਚ ਬਿਠਾ ਕੇ ਹੀ ਦਿੱਤੀ ਜਾਂਦੀ ਸੀ। ਉਸ ਟਾਈਮ 'ਤੇ ਆਮ ਬੰਦਾ ਉਸਨੂੰ ਅਫੋਰਡ ਨਹੀਂ ਸੀ ਕਰ ਸਕਦਾ, ਜਿਸਦੇ ਕੋਲ ਪੈਸਾ ਸੀ ਉਹ ਅਫੋਰਡ ਕਰਕੇ ਆਪਣੇ ਬੱਚਿਆਂ ਨੂੰ ਐਜੂਕੇਟ ਕਰਕੇ ਹਾਇਰ ਜੋਬ ਹਾਇਰ ਸਟੱਡੀ 'ਤੇ ਭੇਜ ਦਿੱਤੇ ਜਾਂਦੇ। ਉਸੇ ਤਰ੍ਹਾਂ ਪਰ ਅੱਜ ਅਸੀਂ ਇੱਕ ਚੀਜ਼ ਜ਼ਰੂਰ ਹੋ ਗਈ ਆ,
ਕਿ ਸਾਡੀ ਐਜੂਕੇਸ਼ਨ ਓਪਨਲੀ ਹੋ ਗਈ ਹੈ ਮੇਲ ਐਂਡ ਫੀਮੇਲ ਦੇ ਲਈ, ਹਰ ਜਗ੍ਹਾ 'ਤੇ ਅਵੇਲੇਬਲ ਹੈਗੀ, ਪਰ ਬੇਸ਼ੱਕ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਐਜੂਕੇਸ਼ਨ ਦਾ ਸਟੈਂਡਰਡ ਹੈ, ਐਜੂਕੇਸ਼ਨ ਲੈਵਲ ਜਿਹੜਾ ਹੈਗਾ ਉਹ ਕਾਫੀ ਪੂਅਰ ਵੀ ਹੋ ਚੁੱਕਿਆ। ਬੱਚਾ ਜਦੋਂ ਜਨਮ ਲੈਂਦਾ ਉਦੋਂ ਕੋਈ ਦੀਨ ਮਾਨ ਧਰਮ ਜਾਂ ਕੁਛ ਨਹੀਂ ਹੁੰਦਾ, ਇੱਕ ਬਲੈਂਕ ਪੇਪਰ ਆਉਂਦਾ ਤੁਹਾਡੇ ਹੱਥਾਂ ਦੇ ਵਿੱਚ, ਪਰਮਾਤਮਾ ਤੁਹਾਨੂੰ ਇੱਕ ਪਿਓਰ ਸੋਲ ਦਿੰਦਾ, ਇੱਕ ਕਾਗਜ਼ ਕੋਰੇ ਕਾਗਜ਼ ਦੀ ਤਰ੍ਹਾਂ, ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਉੱਤੇ ਕੀ ਲਿਖਣਾ ਚਾਹੁੰਦੇ ਹੋ, ਉਸ ਬੱਚੇ ਨੂੰ ਕਿਹੋ ਜਿਹਾ ਸਿਟੀਜ਼ਨ ਬਣਾਉਣਾ ਚਾਹੁੰਦੇ ਹੋ। ਜੇ ਅਸੀਂ ਆਪਣੇ ਆਪ ਨਾਲ 100% ਚੋਂ 30% ਵੀ ਕਮਿਟਮੈਂਟ ਲੈ ਲੈਂਦੇ ਹਾਂ ਕਿ ਮੈਂ ਆਪਣੇ ਬੱਚੇ 'ਚ ਕੋਈ ਜੈਂਡਰ ਡਿਫਰੈਂਸ ਨਹੀਂ ਕਰਨਾ, ਉਹਨੂੰ ਐਜ਼ ਏ ਹਿਊਮਨ ਦੇ ਲਈ ਟ੍ਰੀਟ ਕਰਨਾ, ਮੈਂ ਉਹਨੂੰ ਚੰਗੀ ਪਰਵਰਿਸ਼ ਦੇਣੀ ਹੈ, ਚਾਹੇ ਮੇਰੇ ਕੋਲ ਘੱਟ ਹੈ ਚਾਹੇ ਵੱਧ ਆ, ਪਰਵਰਿਸ਼ ਤੋਂ ਮਤਲਬ ਕਿ ਉਹਨੂੰ ਜ਼ਿੰਦਗੀ ਜੀਣ ਦੇ ਮਕਸਦ ਸਿਖਾਉਣੇ ਆ, ਜ਼ਿੰਦਗੀ ਜੀਣ ਲਈ ਤਿਆਰ ਕਰਨਾ, ਜ਼ਿੰਦਗੀ ਕਿਵੇਂ ਜੀਣੀ ਆ, ਲੋਕਾਂ 'ਚ ਕਿਵੇਂ ਵਿਚਰਨਾ, ਲੋਕਾਂ ਨਾਲ ਰਹਿਣਾ ਬਹਿਣਾ ਕਿਵੇਂ ਆ, ਉਹਦੀ ਗੱਲਬਾਤ ਕਿਵੇਂ ਕਰਨੀ ਹੈ, ਕਿਸੇ ਨੂੰ ਕਿਵੇਂ ਅਪਰੋਚ ਕਰਨਾ, ਇਹ ਚੀਜ਼ਾਂ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ, ਤੁਸੀਂ ਉਹਨਾਂ ਨੂੰ ਇਕੁਅਲੀ ਸਿਖਾਓ, ਉਹਦੇ 'ਚ ਤੁਹਾਨੂੰ ਫਿਊਚਰ ਤੁਹਾਡੇ ਬੱਚਿਆਂ ਨਾਲ ਕੋਈ ਪ੍ਰੋਬਲਮ ਨਹੀਂ ਆਉਣਗੀਆਂ ਇੰਨੀਆਂ। ਹਾਂ, ਜੇ ਤੁਸੀਂ ਉਹਨਾਂ ਨੂੰ ਜੰਮਦਿਆਂ ਸਾਰ ਹੀ ਉਸ ਹਿਸਾਬ ਦੇ ਨਾਲ ਇਹ ਕੁੜੀ ਹੋਈ ਆ, ਇਹ ਤਾਂ ਚੱਲ ਕੋਈ ਗੱਲ ਨਹੀਂ, ਕੁੜੀ ਹੋਈ ਆ ਆਪਾਂ ਲੋਹੜੀ ਨਹੀਂ ਮਨਾਉਣੀ, ਚੱਲ ਕੁੜੀ ਹੋਈ ਹੋਈ ਆ ਅਸੀਂ ਦਿਵਾਲੀ ਨਹੀਂ ਮਨਾਉਣੀ, ਚੱਲ ਕੁੜੀ ਹੋਈ ਆ ਆਪਾਂ ਲੱਡੂ ਨਹੀਂ ਵੰਡਣੇ, ਜੇ ਮੁੰਡਾ ਜੰਮਦਾ ਤੁਹਾਡੇ ਘਰ ਖੁਸਰੇ ਵੀ ਨੱਚਣਾ ਦਾ, ਤੁਸੀਂ ਲੱਡੂ ਵੀ ਵੰਡਦੇ ਹੋ, ਤੁਸੀਂ ਵਧਾਈਆਂ ਵੀ ਦਿੰਦੇ ਆ, ਟੰਡੋਰਾ ਪਿੱਟਦੇ ਹੋ, ਨਿਊਜ਼ ਪੇਪਰ 'ਚ ਵੀ ਕਢਵਾਉਂਦੇ ਆ 100-100 ਬੰਦੇ ਦੇ ਘਰ, ਜੀ ਅੱਗੇ ਵਾਲਾ ਜਨਰੇਸ਼ਨ ਦਾ ਬੱਚਾ ਜੰਮਿਆ, ਮੇਲ ਜੰਮਿਆ, ਮੁੰਡਾ ਜੰਮਿਆ, ਉਹ ਅਸੀਂ ਅੱਗੇ ਕਹਿ ਵੀ ਦਿੰਦੇ ਨੇ ਫਿਊਚਰ ਜਨਰੇਸ਼ਨ 100-100 ਜਿਹੜਾ ਲਾਸਟ ਨੇਮ ਲਾਉਂਦੇ ਆ, ਕੋਈ ਸਿੱਧੂ ਆ, ਕੋਈ ਗੁਰੂ ਆ, ਕੋਈ ਕੁਛ ਹੈ, ਸਾਰਾ ਕੋਈ ਨਾ ਕੋਈ ਜੰਮਿਆ, ਕੋਈ ਕੁਮਾਰ ਹੈ, ਕੋਈ ਸੇਠੀ ਹੈ, ਜੋ ਵੀ ਆਨੇ ਅਸੀਂ ਲਾ ਕੇ ਦਿੰਦੇ। ਜੇ ਨਹੀਂ ਬਿਲੀਵ ਕਰਦੇ ਤੁਸੀਂ ਕਿਸੇ ਹੋਰ ਨੂੰ ਨਾ ਪੁੱਛੋ, ਆਪਣੇ ਆਪ ਨੂੰ ਪੁੱਛੋ ਇਸ ਚੀਜ਼ ਬਾਰੇ ਕਿ ਹਾਂ ਅਸੀਂ ਕਰਦੇ ਹਾਂ ਜਾਂ ਨਹੀਂ ਕਰਦੇ। ਕਿਸੇ ਹੋਰ ਤੋਂ ਸਾਨੂੰ ਅਥਾਰਟੀ ਲੈਣ ਦੀ ਜਾਂ ਜਸਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ, ਇਹ ਚੀਜ਼ਾਂ ਅਸੀਂ ਆਪ ਕਰਦੇ ਹਾਂ, ਸਾਨੂੰ ਆਪਣੇ ਆਪ ਤੋਂ ਹੀ ਜਸਟੀਫਾਈ ਕਰਨਾ ਪੈਣਾ, ਇਹਦੇ ਕੁਐਸਚਨ ਕਿਸੇ ਹੋਰ ਨੇ ਨਹੀਂ ਆਨਸਰ ਦੇਣੇ, ਅਸੀਂ ਆਪ ਹੀ ਆਨਸਰ ਦੇਣੇ, ਸਾਡੇ ਕੋਲ ਹੀ ਇਹਨਾਂ ਚੀਜ਼ਾਂ ਦੇ ਆਨਸਰ ਹੈਗੇ ਨੇ, ਜੇ ਅਸੀਂ ਇਹਨਾਂ ਨੂੰ ਓਪਨਲੀ ਦੇਖਣਾ ਚਾਹਵਾਂਗੇ ਤਾਂ। ਜੇ ਅਸੀਂ ਡਿਊਲ ਲਾਈਫ ਦੇ ਵਿੱਚ ਰਹਿਣਾ, ਡਬਲ ਸਟੈਂਡਰਡ 'ਚ ਰਹਿਣਾ, ਡਬਲ ਥਿੰਕਿੰਗ 'ਚ ਰਹਿਣਾ, ਫਿਰ ਇਸ ਚੀਜ਼ ਨੂੰ ਕੋਈ ਨਹੀਂ ਬਦਲ ਸਕਦਾ। ਅਸੀਂ ਘਰ ਜਾਂਦੇ ਹਾਂ, ਡਬਲ ਸਟੈਂਡਰਡ ਕੀ ਹੈ, ਇੱਕ ਸੋਚਣੀ ਦਾ ਡਬਲ ਸਟੈਂਡਰਡ, ਜਦੋਂ ਤੋਂ ਅਸੀਂ ਘਰ ਹੁੰਦੇ ਹਾਂ, ਵਾਈਫ ਬੈਠੀ ਹੈ, ਮਾਂ ਬੈਠੀ ਤੁਹਾਡੀ, ਅਤੇ ਤੁਸੀਂ ਬੈਠੇ ਹੋ ਜਾਂ ਤੁਹਾਡੇ ਬੱਚੇ ਬੈਠੇ ਨੇ, ਜੇ ਉਹਨਾਂ ਦੇ ਵਿੱਚ ਤੁਹਾਡੇ ਕੋਲ ਦੋ ਬੱਚਿਆਂ 'ਚ ਇੱਕ ਮੇਲ ਹੈ ਇੱਕ ਫੀਮੇਲ ਹੈ, ਜਦੋਂ ਵੀ ਫਾਦਰ ਖਾਸ ਕਰਕੇ ਘਰ ਆਉਂਦਾ, ਸਭ ਤੋਂ ਪਹਿਲਾਂ ਉਹ ਆਪਣੇ ਮੇਲ ਬੱਚੇ ਨੂੰ ਆਵਾਜ਼ ਮਾਰਦਾ, ਬੇਸ਼ੱਕ ਉਹ ਜਿੰਨਾ ਮਰਜ਼ੀ ਪਿਆਰ ਇਕੁਲੀ ਦੋਨਾਂ ਬੱਚਿਆਂ ਨੂੰ ਕਰਦੇ, ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਜੈਂਡਰ ਡਿਫਰੈਂਸ ਹੋਏਗਾ ਹੋਏਗਾ। ਉਹ ਜੈਂਡਰ ਡਿਫਰੈਂਸ ਕਿਹਨੇ ਕ੍ਰੀਏਟ ਕੀਤਾ, ਕਿਸੇ ਨੇ ਨਹੀਂ ਕੀਤਾ, ਉਹ ਅਸੀਂ ਆਪ ਕੀਤਾ ਹੋਇਆ, ਇੱਥੇ ਸਾਨੂੰ ਬਲੇਮ ਆਪਣੇ ਆਪ ਨੂੰ ਆਪ ਕਰਨਾ ਪਏਗਾ। ਜੇ ਅਸੀਂ ਆਪਣੇ ਬਲੇਮ ਜਦੋਂ ਅਸੀਂ ਸਹਿਣ ਲੱਗ ਜਾਈਏ, ਦੇਣ ਲੱਗ ਜਾਈਏ, ਉਹਨਾਂ ਨੂੰ ਅਸੀਂ ਇੰਪਰੂਵ ਕਰਨ ਲੱਗ ਜਾਈਏ, ਸਾਡੀ ਸੋਸਾਇਟੀ ਦੀਆਂ ਆਈ ਕੈਨ ਸੇ 50-60% ਪ੍ਰੋਬਲਮ ਲਿਮੀਨੇਟ ਹੋ ਸਕਦੀਆਂ ਨੇ। ਅਸੀਂ ਕਿੰਨੀ ਵਾਰੀ ਕਹਿੰਦੇ ਹਾਂ, ਮੈਂ ਤਾਂ ਸਕੂਲ 'ਚ ਬੱਚਿਆਂ ਨੇ ਪੜ੍ਹਾਉਣਾ, ਇੱਥੇ ਉਹਦੇ ਉਹਦੇ ਬੱਚੇ ਪੜ੍ਹਦੇ ਨੇ, ਉਹਨਾਂ ਦੇ ਬੱਚਿਆਂ ਨਾਲ ਲੱਗ ਕੇ ਮੇਰਾ ਬੱਚਾ ਇਹ ਚੀਜ਼ਾਂ ਸਿੱਖ ਲੇਗਾ, ਨਹੀਂ। ਜਿੱਥੇ ਤੁਹਾਡਾ ਬੱਚਾ ਨਾ, ਉਹਦੇ ਦੂਸਰੇ ਬੱਚੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ, ਉਹਨਾਂ ਦੇ ਪੇਰੈਂਟਸ ਦੀ ਵੀ ਸੋਚਣੀ ਹੋ ਸਕਦਾ, ਇਹ ਹੋਏਗੀ, ਇੱਥੇ ਅਸੀਂ ਜੱਜਮੈਂਟਲ ਹੋ ਗਏ ਨਾ, ਅਸੀਂ ਜਦੋਂ ਦੂਜਿਆਂ ਨੂੰ ਜੱਜ ਕਰਦੇ ਹਾਂ, ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਭੁੱਲ ਲੈਂਦੇ ਹਾਂ। ਜਿੱਥੇ ਜੱਜਮੈਂਟਲ ਹੁੰਦੇ ਹਾਂ, ਅਸੀਂ ਹਰ ਇੱਕ ਬੰਦੇ ਦੇ ਤੁਰੇ ਜਾਂਦੇ ਨੂੰ ਬਿਨਾਂ ਉਹਨੂੰ ਜਾਣੇ ਪੁੱਜੇ, ਬਿਨਾਂ ਉਹਨੂੰ ਪਹਿਚਾਣੇ ਉਹਦੀ ਜੱਜਮੈਂਟ ਦੇ ਦਿੰਦੇ ਹਾਂ। ਜੱਜਮੈਂਟ ਜਦੋਂ ਅਸੀਂ ਦਿੰਦੇ ਹਾਂ, ਉੱਥੇ ਤੁਹਾਡੇ ਨੇਚਰ ਕਲੋਜ਼ ਮਾਈਂਡ ਵੀ ਹੋ ਜਾਂਦੇ ਆ, ਕਿਉਂਕਿ ਅਸੀਂ ਓਪਨਲੀ ਦੂਜੇ ਬਾਰੇ ਸੋਚਦੇ ਨਹੀਂ, ਨਾ ਦੂਜੇ ਬਾਰੇ ਕਿ ਅਸੀਂ ਆਪਣੇ ਬੱਚਿਆਂ ਬਾਰੇ ਵੀ, ਜਦੋਂ ਬਾਹਰੋਂ ਸਕੂਲੋਂ ਜਾਂ ਕਿਤੋਂ ਵੀ ਬੱਚਾ ਆਉਂਦਾ ਨਾ, ਅਸੀਂ ਉਹਦੀ ਸ਼ਕਲ ਅਕਲ ਦੇਖ ਕੇ ਉਹਦਾ ਡਿਸੀਜ਼ਨ ਲੈ ਲੈਂਦੇ ਹਾਂ ਕਿ ਅੱਜ ਬੱਚਾ ਕਿੱਥੋਂ ਆਇਆ, ਕੀ ਹੋਇਆ ਸੀ। ਪਰ ਕਿੰਨੀ ਵਾਰੀ ਜ਼ਰੂਰੀ ਨਹੀਂ ਕਿ ਤੁਹਾਡੀ ਫੇਸ ਰੀਡਿੰਗ ਜਾਂ ਤੁਹਾਡੇ ਬੱਚੇ ਨੂੰ ਚਾਹੇ ਪਾਲਿਆ ਤੁਸੀਂ, ਰੱਖਿਆ ਹੱਥਾਂ ਦੇ ਵਿੱਚ, ਕਹਿੰਦੇ ਨਹੀਂ ਮੇਰੇ ਹੱਥਾਂ 'ਚ ਪਲਿਆ, ਮੈਨੂੰ ਪਤਾ ਮੇਰਾ ਬੱਚਾ ਕੀ ਕਰਦਾ, ਪਰ ਨਹੀਂ, ਕਿੰਨੀ ਵਾਰੀ ਉਹਦੀ ਦੂਜੀ ਸਾਈਡ ਵੀ ਹੋ ਸਕਦੀ ਹੈ। ਕਿਉਂ ਨਾ ਅਸੀਂ ਉਹਦੇ ਨਾਲ ਡਾਇਲੋਗ ਕਰੀਏ, ਚਾਹੇ ਤੁਹਾਡਾ ਨੇਬਰ ਹੈ, ਚਾਹੇ ਤੁਹਾਡਾ ਬੱਚਾ, ਚਾਹੇ ਤੁਹਾਡਾ ਮੇਲ ਐਂਡ ਫੀਮੇਲ ਮੁੰਡਾ ਅਤੇ ਕੁੜੀ ਘਰ ਵਿੱਚ ਰਹਿ ਰਹੇ ਨੇ, ਕਿਉਂ ਨਾ ਅਸੀਂ ਉਹਨਾਂ ਨਾਲ ਡਾਇਲੋਗ ਕਰੀਏ। ਜੇ ਤਾਂ ਕੁੜੀ ਤੁਹਾਡੀ ਲੇਟ ਆਉਂਦੀ ਹੈ, ਤੁਹਾਡੇ 10 ਕੁਐਸਚਨ ਬੱਚੇ ਲਈ ਹੈਗੇ ਨੇ, ਉਹਦੇ ਲਈ ਲਿਮਿਟੇਸ਼ਨਸ ਨੇ, ਉਹਦੇ ਲਈ ਡਰਾ ਲਾਈਨਸ ਨੇ, ਪਰ ਬੇਟਾ ਤੁਹਾਡਾ ਬਾਹਰੋਂ ਲੇਟ ਆਉਂਦਾ, ਬਾਹਰੋਂ ਉਹਦੇ
ਕੋਈ ਵੀ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਨੇ ਉਹਦੇ ਕੰਪੈਰੇਟਿਵਲੀ ਹੋਣਗੀਆਂ ਅੱਜ ਦੇ ਜ਼ਮਾਨੇ ਵਿੱਚ। ਮੈਂ ਮੰਨਦੀਆਂ ਪੇਰੈਂਟਸ ਰੱਖਦੇ ਨੇ ਕਿ ਹਰ ਇੱਕ ਪੇਰੈਂਟਸ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ। ਮੈਂ ਨਹੀਂ ਕਹਿੰਦੀ ਕਿ ਤੁਸੀਂ ਨੈਗਲੈਕਟ ਕਰਦੇ ਹੋ, ਹੋਣਗੀਆਂ, ਪਰ ਲਿਮਿਟੇਸ਼ਨ ਕੰਪੈਰੇਟਿਵ ਟੂ ਮੇਲ ਐਂਡ ਫੀਮੇਲ ਡਿਫਰੈਂਟ ਹੋਣਗੀਆਂ। ਉਹ ਡਿਫਰੈਂਟ ਕਿਉਂ ਨੇ? ਤੁਸੀਂ ਕਿਤੇ ਨਾ ਕਿਤੇ ਐਜ਼ ਅ ਪੇਰੈਂਟਸ ਵੀਕ ਹੋ। ਵੀਕ ਹੁਣ ਤੁਸੀਂ ਮੈਨੂੰ ਗਲਤ ਨਹੀਂ ਲੈਣਾ, ਵੀਕ ਦਾ ਮਤਲਬ ਕਿ ਤੁਸੀਂ ਕਮਜ਼ੋਰ ਹੋ, ਕਿਉਂਕਿ ਤੁਹਾਨੂੰ ਆਪਣੀ ਪਰਵਰਿਸ਼ 'ਤੇ ਯਕੀਨ ਹੀ ਨਹੀਂ ਹੈਗਾ। ਤੁਸੀਂ ਆਪਣੇ ਆਪ ਨੂੰ ਇੰਨਾ ਨੀਵਾਂ ਰੱਖ ਕੇ ਬੱਚਿਆਂ ਨੂੰ ਪਾਲਿਆ ਕਿ ਮੁੰਡੇ ਨੂੰ ਡਿਫਰੈਂਟ ਲਈ ਪਾਲਿਆ, ਤੂੰ ਮੇਰਾ ਸ਼ੇਰ ਪੁੱਤਰ ਅਤੇ ਮੇਰਾ ਬੱਬਰ ਸ਼ੇਰ ਪੁੱਤਰ, ਡੋਂਟ ਵਰੀ ਤੂੰ ਇਹ ਕਰ ਦੇਗਾ, ਤੂੰ ਤਾਂ ਮੇਰੀ ਆਉਣ ਵਾਲੀ ਪੀੜ੍ਹੀ ਹੈਗਾ। ਦੂਜੇ ਪਾਸੇ ਤੁਸੀਂ ਬੇਟੀ ਨੂੰ ਪਾਲ ਰਹੇ ਹੋ, ਇਹਨੇ ਬਗਾਨੇ ਘਰੇ ਜਾਣਾ, ਬਗਾਨਾ ਧਾਨਾ ਕੋਈ ਗੱਲ ਨਹੀਂ, ਤੂੰ ਬਾਹਰ ਨਹੀਂ ਜਾਣਾ, ਤੂੰ ਕੁੜੀਆਂ, ਤੂੰ ਇਹ ਨਹੀਂ ਕਰਨਾ, ਤੂੰ ਕੁੜੀਆਂ। ਉੱਥੇ ਅਸੀਂ ਕੀ ਆ, ਆਪਣੀ ਪਰਵਰਿਸ਼ ਵੀਕ ਕਰ ਰਹੇ ਹਾਂ। ਸ਼ਾਇਦ ਤੁਹਾਨੂੰ ਇਹ ਚੀਜ਼ ਦੇ ਵਿੱਚ ਸਹਿਮਤ ਹੋਵੋ ਨਾ ਹੋਵੋ, ਇੱਕ ਵਾਰੀ ਅੱਖਾਂ ਬੰਦ ਕਰਕੇ ਆਪਣੇ ਆਪ ਤੋਂ ਇਹ ਕੁਐਸਚਨ ਦਾ ਆਂਸਰ ਜ਼ਰੂਰ ਮੰਗਿਓ ਮੇਰੇ ਭੈਣ ਭਰਾਵੋ। ਜੇ ਤੁਹਾਨੂੰ ਨਾ ਮਿਲਿਆ, ਫਿਰ ਡੈਫੀਨੇਟਲੀ ਤੁਸੀਂ ਜੋ ਇਨਸਾਨ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਾ ਰਿਹਾ, ਉਹਨਾਂ ਨੂੰ ਇਹ ਕੁਐਸਚਨ ਕਰਕੇ ਮੇਰੇ ਵੱਲ ਮੇਰੇ ਕੋਲ ਜ਼ਰੂਰ ਕੁਐਸਚਨ ਪਹੁੰਚਾ ਦਿਓ, ਤਾਂ ਕਿ ਮੈਂ ਤੁਹਾਡਾ ਆਂਸਰ ਦੇ ਸਕਾਂ। ਹੋ ਸਕਦਾ ਕਿਤੇ ਨਾ ਕਿਤੇ ਮੈਂ ਵੀ ਤੁਹਾਡੇ ਵਰਗੇ ਹੀ ਹੈਗੀ ਹਾਂ, ਤੁਹਾਡੇ ਵਿੱਚੋਂ ਨਿਕਲੀ ਹਾਂ, ਕਿਤੇ ਗਲਤ ਵੀ ਹੋ ਸਕਦੀ ਹਾਂ। ਪਰ ਇੱਕ ਵਾਰੀ ਕੁਐਸਚਨ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ, ਪਰਮਾਤਮਾ ਦੇ ਇਨਸਾਨ, ਪਰਮਾਤਮਾ ਇੱਕੋ ਹੀ ਆ, ਉਹਦੇ ਰੂਪ ਅਲੱਗ ਅਲੱਗ ਨੇ, ਉਹਨੂੰ ਧਿਆ ਕੇ ਇੱਕ ਵਾਰੀ ਜਿਸ ਵੀ ਰੱਬ ਨੂੰ ਤੁਸੀਂ ਮੰਨਦੇ ਹੋ ਇੱਕ ਵਾਰੀ ਜ਼ਰੂਰ ਪੁੱਛੋ ਕਿ ਅਸੀਂ ਅੰਦਰੋਂ ਆਪਣੇ ਬੱਚਿਆਂ ਨਾਲ ਡਿਫਰੈਂਸ ਕਰਦੇ ਹਾਂ, ਆਪਣੇ ਬੱਚਿਆਂ ਨਾਲ, ਬਗਾਨੇ ਨਹੀਂ, ਆਪਣੇ ਬੱਚਿਆਂ ਨਾਲ ਡਿਫਰੈਂਸ ਕਰਦੇ ਹਾਂ। ਆਪਣੇ ਬੱਚੇ ਜਦੋਂ ਆ ਗਏ, ਉਹਦੇ 'ਚ ਮੇਲ ਐਂਡ ਫੀਮੇਲ ਜੈਂਡਰ ਨਹੀਂ ਹੋਏਗਾ। ਤੁਸੀਂ ਆਪਣੇ ਬੱਚੇ ਨਾਲ ਡਿਫਰੈਂਸ ਨਹੀਂ ਕਰਦੇ ਤਾਂ ਇਹਦਾ ਮਤਲਬ ਹੈ ਤੁਸੀਂ ਕਿਸੇ ਨਾਲ ਡਿਫਰੈਂਸ ਨਹੀਂ ਕਰ ਸਕਦੇ। ਜੇ ਕਿਤੇ ਤੁਸੀਂ ਜਾ ਕੇ ਆਪਣੇ ਬੱਚੇ ਨਾਲ ਡਿਫਰੈਂਸ ਕਰਦੇ ਮੇਲ ਐਂਡ ਫੀਮੇਲ ਜੈਂਡਰ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਇਨਸਾਨੀਅਤ ਦੇ ਵਿੱਚ ਇਹ ਕਮਜ਼ੋਰੀ ਹੈਗੀ ਹੈ। ਇਨਸਾਨ ਇਸੇ ਕਰਕੇ ਮੈਂ ਤੁਹਾਨੂੰ ਦੁਨਿਆਵੀ ਜੀਵ ਕਹਿੰਦੀ ਹਾਂ, ਮੈਂ ਵੀ ਦੁਨਿਆਵੀ, ਸਾਡੇ ਅੰਦਰ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ, ਅਣਦੇਖਾ ਕਰਦੇ ਹਾਂ ਸਮੇਂ ਦੀ ਡਿਮਾਂਡ ਦੇ ਹਿਸਾਬ ਦੇ ਨਾਲ, ਆਪਣੇ ਕੰਫਰਟ ਲੈਵਲ ਦੇ ਨਾਲ ਅਸੀਂ ਉਹਨਾਂ ਨੂੰ ਕੰਸੋਲ ਕਰ ਲੈਂਦੇ ਹਾਂ। ਹੁੰਦੀਆਂ ਸਾਡੀਆਂ ਗਲਤੀਆਂ ਹੀ ਨੇ, ਅਸੀਂ ਜਸਟੀਫਾਈ ਕਰ ਲੈਂਦੇ, ਕੋਈ ਗੱਲ ਨਹੀਂ, ਇਹ ਮੈਂ ਇੱਦਾਂ ਕਹਿਤੇ, ਇੱਦਾਂ ਹੀ ਹੋਣਾ ਚਾਹੀਦਾ। ਜੇ ਇਹ ਨਹੀਂ 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 ਇਹ ਸਾਡੇ ਦਾਦੇ ਪੜਦਾਦਿਆਂ ਤੋਂ ਆਉਂਦਾ, ਇੱਦਾਂ ਹੀ ਹੋਏਗਾ। ਪਰ ਅੱਜ ਦੀ ਡਿਮਾਂਡ ਚਾਹੇ ਕੁਛ ਹੋਰ ਹੈ, ਉਹਨੂੰ ਕਹਿੰਦੇ ਹਾਂ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਲਿਆ, ਉਹਨੂੰ ਅਸੀਂ ਆਪਣੇ ਆਪ ਦੇ ਵਿੱਚ ਕੰਸੋਲ ਕਰ ਲਿਆ, ਕਿਉਂਕਿ ਅਸੀਂ ਉਸ ਜਿਸ ਸਟੇਜ ਦੇ ਵਿੱਚ, ਜਿਹੜੇ ਜ਼ਮਾਨੇ ਦੇ ਵਿੱਚ ਜਾਂ ਅੱਜ ਦੀ ਜਨਰੇਸ਼ਨ 'ਚ ਅਸੀਂ ਜੀ ਰਹੇ ਹਾਂ, ਉਹਨੂੰ ਅਸੀਂ ਅਡਾਪਟ ਨਹੀਂ ਕਰਨਾ ਚਾਹੁੰਦੇ। ਕਰਦੇ ਹਾਂ ਅਸੀਂ ਆਪਣੇ ਕੰਫਰਟ ਲੈਵਲ ਦੇ ਨਾਲ, ਜੋ ਸਾਨੂੰ ਜ਼ਰੂਰਤ ਆ ਅਸੀਂ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਮੋਲਡ ਕਰਦੇ ਹਾਂ। ਜੇ ਅਸੀਂ ਇਸ ਚੀਜ਼ ਨੂੰ ਸੋਚ ਲਈਏ ਕਿ ਅੱਜ ਦੀ ਡਿਮਾਂਡ, ਅੱਜ ਦੀ ਜਨਰੇਸ਼ਨ ਇਸ ਇਨਵਾਇਰਮੈਂਟ ਵਿੱਚ ਪਲ ਰਹੀ ਹੈ, ਇਸ ਸਟ੍ਰੈਸਫੁੱਲ ਗਲੋਬਲਾਈਜ਼ ਸਟ੍ਰੈਸਫੁੱਲ ਦੇ ਵਿੱਚ ਪਲ ਰਹੀ ਹੈ, ਜਿੱਥੇ ਸਟ੍ਰੈਸ, ਪੀਅਰ ਪ੍ਰੈਸ਼ਰ, ਜਿੱਥੇ ਜੈਂਡਰ ਸਟ੍ਰੈਸ, ਤੁਸੀਂ ਮੰਨੋਗੇ ਕਿ ਇੱਥੇ ਵੀ ਸਾਡੇ, ਅਸੀਂ ਕਹਿੰਦੇ ਅਸੀਂ ਜੈਂਡਰ ਨਾਲ ਡਿਫਰੈਂਸ ਨਹੀਂ ਕਰਦੇ, ਸਾਡੇ ਤਾਂ ਜੈਂਡਰ ਦੀਆਂ ਰਾਖਵੀਆਂ ਸੀਟਾਂ ਨੇ। ਸੇਮ ਅਸੀਂ ਕਹਿੰਦੇ ਅਸੀਂ ਡਿਸਕ੍ਰਿਮੀਨੇਸ਼ਨ ਜੈਂਡਰ ਨੂੰ ਨਹੀਂ ਕਰਦੇ, ਕਾਸਟ ਸਿਸਟਮ ਨੂੰ ਨਹੀਂ ਕਰਦੇ, ਅਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ। ਡਿਸਕ੍ਰਿਮੀਨੇਸ਼ਨ ਹੈ ਕਿਉਂਕਿ ਸਾਡੇ ਸਿਸਟਮ ਨੇ ਦਿੱਤੀ ਹੈ, ਸਾਡੀ ਗਵਰਨਮੈਂਟ ਨੇ ਵੀ ਕੀਤੀ ਹੈ ਡਿਸਕ੍ਰਿਮੀਨੇਸ਼ਨ। ਜੇ ਤੁਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਵੀ ਤੁਹਾਨੂੰ ਰਾਖਵੀਆਂ ਸਿੱਟਾਂ ਕਿਉਂ ਰੱਖਦੇ ਹੋ? ਕਿਤੇ ਨਾ ਕਿਤੇ ਉਹ ਬੰਦਾ ਲਾਈਨ 'ਚ ਲੱਗਿਆ ਹੋਇਆ, ਉਹਨੂੰ ਇਹ ਜਿਤਾਇਆ ਜਾਂਦਾ ਕਿ ਤੂੰ SC BC ਹੈ, ਤੈਨੂੰ SC BC ਸੀਟ ਹੀ ਮਿਲੂਗੀ, ਤਾਂ ਕਿ ਉਹਨੂੰ ਇੱਕ ਗੁੜ ਦੀ ਰੋੜੀ ਵੀ ਦਿੱਤੀ ਹੋਈ ਹੈ, ਕਿਤੇ ਨਾ ਕਿਤੇ ਲਾਲਚ ਹੈ ਕਿ ਉਹਨੂੰ ਉਸ ਜੋਬ ਦੇ ਉੱਤੇ ਰੱਖਿਆ ਜਾਵੇ, ਚਾਹੇ ਉਹ ਕੁਆਲੀਫਾਈ ਡਿਸਕੁਆਲੀਫਾਈ ਕੰਪੈਰੇਟਿਵ ਟੂ ਜਨਰਲ ਕੈਟਾਗਰੀ। ਕੈਟਾਗਰੀ ਬਣਾ ਦਿੱਤੀ, ਫਿਰ ਅਸੀਂ ਧਰਮ ਦੇ ਨਾਂ ਦੇ ਉੱਤੇ ਇੰਨੇ ਯੁੱਧ ਕਿਉਂ ਕਰਦੇ? ਧਰਮ ਦੇ ਨਾਂ ਦੇ ਉੱਤੇ ਅਸੀਂ ਇੰਨੇ ਰੋਂਦੇ ਕਿਉਂ? ਧਰਮ ਦੇ ਨਾਂ ਦੇ ਉੱਤੇ ਲੜਾਈਆਂ ਕਿਉਂ ਕਰਦੇ ਜਦੋਂ ਅਸੀਂ ਇਨਸਾਨ ਹੀ ਹੈ ਨਹੀਂ ਹੈ? ਗੌਰਮੈਂਟ ਕਿਹਨੇ ਬਣਾਈ ਹੈ? ਸਾਡੇ ਲੋਕਾਂ ਨੇ ਬਣਾਈ ਹੈ। ਸਾਡੇ ਵਰਗੇ ਕਿਤੇ ਨਾ ਕਿਤੇ ਗੌਰਮੈਂਟ ਨੂੰ ਚਲਾਉਂਦੇ ਨੇ, ਸਾਡੇ ਵਰਗੇ ਕਿਤੇ ਨਾ ਕਿਤੇ ਬੈਠ ਕੇ ਉਹਦੇ ਪੋਸਟਾਂ ਨੂੰ ਲੈ ਕੇ ਬੈਠੇ ਨੇ, PM ਤੋਂ ਲੈ ਕੇ ਲੋਅਰ PM ਤੱਕ, ਸਾਡੇ ਹੀ ਕੰਟਰੀ ਦੇ ਸਾਡੇ ਹੀ ਇਨਸਾਨ, ਉਹਨਾਂ ਜਗਤ ਜੀਵ ਉਹਨਾਂ ਥਾਵਾਂ 'ਤੇ ਬੈਠੇ। ਸੋਰੀ, ਇਨਸਾਨ ਮੈਂ ਇਸ ਕਰਕੇ ਨਹੀਂ ਕਹਿੰਦੀ, ਇਨਸਾਨੀਅਤ ਕਿਤੇ ਨਾ ਕਿਤੇ 50% ਤਾਂ ਹਰ ਇੱਕ ਦੀ ਮਰੀ ਚੁੱਕੀ ਹੈ, ਜਾਂ 100% ਨਹੀਂ ਕਹਿੰਦੇ, ਚਲੋ ਇੰਨਾ ਜਿਹਾ ਸਹਿਮਤ ਹੋ ਜਾਂਦੀ ਮੈਂ ਤੁਹਾਡੇ ਨਾਲ। ਅਸਲੀ ਇਨਸਾਨ ਉਹੀ ਹੁੰਦਾ ਜਿਹਨੂੰ ਦੂਜੇ ਦੇ ਦੁੱਖ ਦੇ, ਦੂਜੇ ਦੇ ਦਰਦ ਦੇ ਵਿੱਚ ਬਿਨਾਂ ਆਪਣਾ ਪਰਾਇਆ ਸੋਚੇ, ਬਿਨਾਂ ਬਿਨਾਂ ਦੇਖੇ, ਬਿਨਾਂ ਬਿਨਾਂ ਸੈਲਫਿਸ਼ ਪੁਆਇੰਟ, ਸੈਲਫਲੈਸ, ਉਹ ਦੁੱਖ ਸੁੱਖ ਤੁਹਾਨੂੰ ਮਹਿਸੂਸ ਹੋਵੇ। ਜਦੋਂ ਅਸੀਂ ਜਾਨਵਰਾਂ ਦੇ ਮੂਹਰੇ ਜਾਂ ਕਿਸੇ ਵਰਡ ਦੇ ਮੂਹਰੇ ਇੱਦਾਂ ਜਾ ਕੇ ਚੋਗਾ ਸੁੱਟਦੇ ਹਾਂ ਨਾ, ਉਹ ਹੁੰਦੀ ਹੈ ਇਕੁਅਲਟੀ। ਉਹਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਵੱਡਾ ਜਾਨਵਰ ਆ ਰਿਹਾ, ਛੋਟਾ ਆ ਰਿਹਾ, ਜਾਂ ਵੱਡਾ ਬਰਡ ਆ ਰਿਹਾ, ਜਾਂ ਛੋਟਾ ਪੰਛੀ ਆ ਰਿਹਾ, ਕੌਣ ਚੁਗਣਾ ਰਿਹਾ ਚੋਗਾ?
ਉਹ ਇਨਸਾਨੀਅਤ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸ ਸਮਾਜ ਦੇ ਵਿੱਚ ਸੁਸਾਇਟੀ 'ਚ ਤੁਰਦੇ ਹਾਂ ਅਸੀਂ ਉਹੀ ਐਟੀਟਿਊਡ ਦੇ ਨਾਲ ਕਿਉਂ ਨਹੀਂ ਤੁਰਦੇ? ਜਦੋਂ ਕਿਸੇ ਨੂੰ ਸਾਡੇ ਰਾਹ ਜਾਂਦੇ ਜ਼ਰੂਰਤ ਪੈਂਦੀ ਹੈ ਅਸੀਂ ਉਸੇ ਹਿਸਾਬ ਨਾਲ ਕਿਉਂ ਨਹੀਂ ਸੋਚਦੇ ਕਿ ਸਾਡੇ ਨਾਲ ਦੇ ਜੀਵ ਨੇ ਸਾਡੇ ਨਾਲ ਦੇ ਇਨਸਾਨ ਨੇ ਕਿ ਅਸੀਂ ਇਹਨਾਂ ਵੱਲ ਵੀ ਉਸੇ ਤਰ੍ਹਾਂ ਹੀ ਹੱਥ ਵਧਾਈਏ ਉਹਨਾਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਟ੍ਰੀਟ ਕਰੀਏ ਜਿਵੇਂ ਕਿ ਅਸੀਂ ਹਾਂ। ਉਹਦੇ ਵਿੱਚ ਇਹ ਕਿਉਂ ਆ ਜਾਂਦਾ ਕਿ ਇੱਕ ਵੱਡਾ ਇੱਕ ਛੋਟਾ ਇਹ ਭਈਆ ਇਹ ਸੋਰੀ ਕਹਿਣ ਲਈ ਮੈਨੂੰ ਭਈਆ ਨੂੰ ਭਈਆ ਨਹੀਂ ਮੈਂ ਕਹਿੰਦੀ ਕਿ ਜੋ ਵੀ ਹੈ ਲੋਅਰ ਕਲਾਸ ਆ ਅਪਰ ਇਹ ਕਾਸਟ ਸਿਸਟਮ ਜਾਂ ਕਲਾਸ ਸਿਸਟਮ 'ਚ ਅਸੀਂ ਕਿਉਂ ਜੀ ਰਹੇ? ਜਦੋਂ ਕੋਈ ਬੱਚਾ ਜਨਮਨ ਤੋਂ ਪਹਿਲਾਂ ਤਾਂ ਉਹਨੂੰ ਪਤਾ ਨਹੀਂ ਹੈ ਮੈਂ ਕਿਹਦੇ ਘਰ ਜਨਮ ਲੈ ਰਿਹਾ ਜਾਂ ਮੈਂ ਮੇਲ ਜਾਂ ਫੀਮੇਲ ਜੰਮਣਾ ਜਦੋਂ ਮੈਂ ਸਮਾਜ ਦੇ ਵਿੱਚ ਆਉਣਾ ਉਹ ਬੱਚੇ ਨੂੰ ਨਹੀਂ ਪਤਾ ਉਹਦਾ ਜੈਂਡਰ ਕੀ ਹੈ। ਜੈਂਡਰ ਉਹਦਾ ਉਦੋਂ ਪਤਾ ਚੱਲਣਾ ਜਦੋਂ ਉਹਨੇ 3-4 ਸਾਲ ਦਾ ਹੋਣਾ ਅਤੇ ਉਹਨੂੰ ਮੇਲ ਐਂਡ ਫੀਮੇਲ ਦੇ ਡਿਫਰੈਂਸ ਪਤਾ ਲੱਗਣਾ। ਉਹ ਅਸੀਂ ਦੱਸਣਾ ਤੂੰ ਮੁੰਡਾ ਤੂੰ ਕੁੜੀਆਂ ਤੂੰ ਹੀ ਲਿਖਣਾ ਤੂੰ ਸ਼ੀ ਲਿਖਣਾ ਉਹ ਚੀਜ਼ਾਂ ਕਿਹਨੇ ਬਣਾਈ ਅਸੀਂ ਬਣਾਈਆਂ ਹੋਈਆਂ ਨੇ। ਮੈਂ ਮੰਨਦੀ ਹਾਂ ਮੇਲ ਐਂਡ ਫੀਮੇਲ ਇਜ਼ ਗੋਡਸ ਦੇਨ ਕਿ ਉਹਦੇ ਵਿੱਚ ਇਸ ਯੂਨੀਵਰਸਲ ਕ੍ਰੀਏਟਡ ਹੈਗੀ ਹੈ ਚੀਜ਼ ਇਹ ਮੈਂ ਮੰਨਦੀ ਹਾਂ ਇਸ ਚੀਜ਼ ਨੂੰ। ਉਹਦੇ ਵਿੱਚ ਡਿਊਟੀਜ਼ ਵੀ ਡਿਫਰੈਂਟ ਡਿਫਰੈਂਟ ਨੇ ਮੈਂ ਮੰਨਦੀ ਹਾਂ ਇਸ ਚੀਜ਼ ਨੂੰ ਪਰ ਇੱਕ ਇਨਸਾਨਾਂ ਦੇ ਡਿਫਰੈਂਸ ਪਾਏ ਹੋਇਆਂ ਦੇ ਵਿੱਚ ਅਸੀਂ ਕਿਉਂ ਜੀਂਦੇ ਹਾਂ? ਇੱਕ ਬੰਦਿਆਂ ਦੇ ਸਾਡੇ ਆਪਣੇ ਡਿਫਰੈਂਸ ਪਾਏ ਹੋਏ ਦੇ ਵਿੱਚ ਉਹ ਬੱਚੇ ਬੱਚੀਆਂ ਜਾਂ ਅਸੀਂ ਸਾਰੇ ਉਹਦੇ ਵਿਕਟਮਾਈਜ਼ ਕਿਉਂ ਹੁੰਦੇ ਹਾਂ? ਤੁਸੀਂ ਸਾਨੂੰ ਸਾਰੇ ਵਿਕਟਮਾਈਜ਼ ਕਿਉਂ ਕਰਦੇ ਹੋ? ਉਹ ਵਿਕਟਮਾਈਜ਼ ਮੈਂ ਵੀ ਹਾਂ ਤੁਸੀਂ ਵੀ ਹੈ ਮੈਂ ਵੀ ਕਰਦੀ ਤੁਸੀਂ ਵੀ ਕਰਦੇ ਅਸੀਂ ਕਿਉਂ ਨਹੀਂ ਆਪਣੀ ਸੋਚ ਨੂੰ ਚੇਂਜ ਕਰਦੇ? ਜਿੱਥੇ ਸਾਡਾ ਮੁੰਡਾ ਬਾਹਰੋਂ ਕੋਈ ਕੰਮ ਕਰਕੇ ਆਉਂਦਾ ਨਾ ਅਸੀਂ ਬੜਾ ਖੁਸ਼ ਹੋ ਕੇ 4 ਬੰਦਿਆਂ ਨੂੰ ਦੱਸਦੇ ਹਾਂ ਉਹਦੇ ਅੱਗੇ ਹੋ ਕੇ ਉਹਨੂੰ ਬੜਾ ਐਪਰੀਸ਼ੀਏਟ ਕਰਦੇ। ਜੇ ਉਹੀ ਕੰਮ ਸਾਡੀ ਬੇਟੀ ਕਰਕੇ ਆਉਂਦੀ ਆ ਜਾਂ ਸਾਡੀ ਫੀਮੇਲ ਡਾਟਰ ਡਾਟਰ ਨਾਲ ਕੋਈ ਵੀ ਕਰਕੇ ਆਉਂਦੀ ਹੈ ਉਹਨਾਂ ਅਸੀਂ ਐਪਰੀਸ਼ੀਏਟ ਕਰੋਂਗੇ ਤੁਸੀਂ ਹਾਂ ਠੀਕ ਆ ਆ ਗਿਆ ਬਹੁਤ ਵਧੀਆ ਉਹਨਾਂ ਐਪਰੀਸ਼ੀਏਟ ਨਹੀਂ ਕਰੋਂਗੇ। ਮੰਨ ਲਿਓ ਤੁਸੀਂ ਮੈਨੂੰ ਅੱਖਾਂ ਮੀਚ ਕੇ ਇਸ ਗੱਲ ਦਾ ਆਂਸਰ ਦੇ ਦਿਓ ਸਾਰੇ ਜਣੇ ਕਿ ਹਾਂ ਤੁਸੀਂ ਉਹਨਾਂ ਹੀ ਐਪਰੀਸ਼ੀਏਟ ਕਰਦੇ ਹੋ ਜਿੰਨਾ ਤੁਸੀਂ ਮੇਲ ਲਓ ਜਾਂ ਫੀਮੇਲ ਲਓ। ਜੇ ਤੁਸੀਂ ਕਰਦੇ ਹੋ ਜਿਹੜੇ ਵੀ ਕਰਦੇ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਾਡੀ ਜ਼ਿੰਦਗੀ 'ਚ ਹੋਣੀਆਂ ਜੇ ਅਸੀਂ ਅੱਗੇ ਨੂੰ ਆਪਣੇ ਅੱਗੇ ਵਾਲੇ ਨੂੰ ਸੰਵਾਰਨਾ ਅਸੀਂ ਅਗਲਾ ਕੱਲ੍ਹ ਜਿਹੜਾ ਸਾਡਾ ਆ ਉਹਨੂੰ ਸੰਵਾਰਨਾ। ਅਤੇ ਹੁਣ ਜਿਹੜੇ ਤਾਂ ਪੇਰੈਂਟਸ ਦੇ ਵਿੱਚ ਅੱਜ ਦੇ ਜ਼ਮਾਨੇ ਵਿੱਚ ਕੀ ਹੋ ਗਿਆ ਹੋਇਆ ਮੁੰਡੇ ਆਪਣੇ ਜਾਂ ਉਹਨਾਂ ਦੀ ਡਾਟਰ ਨਾਲ ਆਪਣੇ ਪੇਰੈਂਟਸ ਨੂੰ ਨਹੀਂ ਸੰਭਾਲਦੇ ਉੱਥੇ ਜਾ ਕੇ ਅਤੇ ਪੇਰੈਂਟਸ ਰਿਅਲਾਈਜ਼ ਕਰਦੇ ਨੇ ਕਿ ਇਹਦੇ ਨਾਲ ਤਾਂ ਮੇਰੇ ਕੁੜੀਆਂ ਹੁੰਦੀਆਂ ਮੁੰਡੇ ਨਾ ਹੁੰਦੇ ਪਰ ਨਹੀਂ ਮੇਲ ਅਤੇ ਫੀਮੇਲ 'ਚ ਫਰਕ ਕੀ ਹੈਗਾ? ਜਿਹੜੇ ਫਰਕ ਤੁਸੀਂ ਕੀਤੇ ਨੇ ਉਹ ਆਪ ਬਣਾਏ ਹੋਏ ਨੇ। ਫਰਕ ਇੰਨਾ ਹੈ ਕਿ ਜਿਹੜੀਆਂ ਫੀਮੇਲਸ ਨੇ ਉਹ ਸੋਫਟ ਹਾਰਟਡ ਹੁੰਦੀਆਂ ਨੇ ਮਲਟੀਟੈਸਕ ਹੁੰਦੀਆਂ ਨੇ। ਇਹ ਚੀਜ਼ਾਂ ਨੂੰ ਤੁਸੀਂ ਧਿਆਨ ਨਾਲ ਕਰਕੇ ਦੇਖ ਲਿਓ। ਜੇ ਬੰਦਾ ਕੰਮ ਕਰੇਗਾ ਉਹ ਇੱਕੋ ਹੀ ਕੰਮ ਕਰੂਗਾ ਐਟ ਏ ਟਾਈਮ 'ਚ। ਜੇ ਲੇਡੀਜ਼ ਕੰਮ ਕਰਨਗੀਆਂ ਉਹ ਕਿਚਨ ਦਾ ਵੀ ਕਰਨਗੀਆਂ ਬੱਚੇ ਦੀ ਆਵਾਜ਼ ਆਈ ਉਹਦੇ ਵਿੱਚੋਂ ਕੰਮ ਛੱਡ ਕੇ ਉਹ ਵੀ ਕਰ ਲੈਣਗੇ ਕੌਲ ਆ ਗਈ ਉਹ ਵੀ ਹੈਂਡਲ ਕਰ ਲੈਣਗੇ। ਜੇ ਉਹ ਕਿਤੇ ਹੋਏ ਮਲਟੀਟੈਸਕ ਕਹਿੰਦੇ ਉਹਨਾਂ ਨੂੰ ਕਿ ਐਟ ਏ ਟਾਈਮ 'ਤੇ 3-4 ਚੀਜ਼ਾਂ ਨੂੰ ਉਹ ਹੈਂਡਲ ਕਰ ਸਕਦੀਆਂ ਨੇ ਸੇਮ ਟਾਈਮ 'ਤੇ ਉਹਨਾਂ ਨੂੰ ਵੀ ਸਟ੍ਰੈਸ ਹੁੰਦਾ ਘਰ ਦਾ ਸਟ੍ਰੈਸ ਹਰ ਇੱਕ ਦਾ ਇਕੁਅਲੀ ਹੁੰਦਾ ਮੇਲ ਫੀਮੇਲ ਦਾ ਕੋਈ ਡਿਫਰੈਂਸ ਨਹੀਂ ਹੈ। ਸਿਰਫ ਇੰਨਾ ਸਾਡੀ ਸੁਸਾਇਟੀ ਨੇ ਫੀਮੇਲ ਇੰਨੀਆਂ ਸਟਰੋਂਗ ਬਣਾਤੀਆਂ ਕਿ ਸਟ੍ਰੈਸ ਨੂੰ ਇਮਿਊਨ ਕਰਨ ਲੱਗ ਗਈਆਂ। ਜਦੋਂ ਉਹਨਾਂ ਦੀ ਅਬਾਬ ਏਜ 40 ਏਜ ਹੁੰਦੀ ਆ ਉਹ ਸਟ੍ਰੈਸ ਕਿਤੇ ਨਾ ਕਿਤੇ ਉਹਨਾਂ ਦੀ ਹੈਲਥ ਦੇ ਉੱਤੇ ਇਫੈਕਟ ਕਰਕੇ ਬਾਹਰ ਆਉਂਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇਹ ਜਨਾਨੀਜ਼ ਬੱਚਿਆਂ ਨੂੰ ਬਰਥ ਦਿੰਦੀਆਂ ਨੇ ਉਹਦੇ ਕਰਕੇ ਜਨਾਨੀਆਂ ਦੀ ਬੋਡੀ ਜਿਹੜੀ ਵੀਕ ਹੁੰਦੀ ਹੈ। ਨਹੀਂ ਉੱਥੇ ਵੀ ਤੁਸੀਂ ਉਹਨੂੰ ਡਿਸਕ੍ਰਿਮੀਨੇਟ ਕਰਕੇ ਮੇਲ ਐਂਡ ਫੀਮੇਲ 'ਤੇ ਸਟ੍ਰੈਸ ਤਾਂ ਮੇਲ 'ਤੇ ਵੀ ਹੁੰਦਾ ਫੀਮੇਲ ਸਟ੍ਰੈਸ ਨੂੰ ਇਮਿਊਨ ਕਰਕੇ ਤੁਹਾਡੀ ਜ਼ਿੰਦਗੀ ਨੂੰ ਅੱਗੇ ਵੱਧਦੀਆਂ ਨੇ। ਬੰਦਾ ਵੀ ਬਾਹਰੋਂ ਆਇਆ ਉਹਨੇ ਵੀ ਆ ਕੇ ਆਪਣਾ ਜਿੰਨਾ ਮਰਜ਼ੀ ਲੇਡੀਜ਼ ਉੱਤੇ ਸਟ੍ਰੈਸ ਆ ਆਫਿਸ ਦੇ ਵਿੱਚ ਵੀ ਅੱਜ ਜਾਂਦੀਆਂ ਨੇ ਲੇਡੀਜ਼ ਕੰਮ ਕਰਦੀਆਂ ਨੇ ਅੱਜ ਦੇ ਜ਼ਮਾਨੇ ਦੇ ਅਤੇ ਉੱਥੇ ਵੀ ਉਹਨੂੰ ਸਟ੍ਰੈਸ ਆ ਉੱਥੇ ਬੰਦੇ ਨੂੰ ਵੀ ਸਟ੍ਰੈਸ ਆ ਪਰ ਲੇਡੀ ਨੇ ਕਦੇ ਆ ਕੇ ਸਟ੍ਰੈਸ ਸ਼ੇਅਰ ਹੀ ਨਹੀਂ ਕੀਤਾ ਆਪਣੇ ਘਰ ਵਿੱਚ ਉਹਨੂੰ ਪਤਾ ਕਿ ਉਹਦਾ ਸਟ੍ਰੈਸ ਦਾ ਕੋਈ ਵੀ ਕੋਰਨਰ ਸੋਫਟ ਕੋਰਨਰ ਨਹੀਂ ਹੋਏਗਾ। ਸੋਫਟ ਕੋਰਨਰ ਇਨ ਦਾ ਸੈਂਸ ਕਿ ਉਹਨੂੰ ਕੋਈ ਵੀ ਵੈਲਕਮ ਲਈ ਉਹਦਾ ਚੀਜ਼ਾਂ ਨੂੰ ਹੇਅਰ ਨਹੀਂ ਕਰੂਗਾ ਜਾਂ ਉਹਨੂੰ ਕੰਸੋਲ ਨਹੀਂ ਕਰਨਾ। ਉਹ ਸਟ੍ਰੈਸ ਜੇ ਬੰਦੇ ਨੂੰ ਉਹਨੇ ਆ ਕੇ ਦੇਲੀਆਂ ਵੜਦਿਆਂ ਹੀ ਆਪਣਾ ਮੂੰਹ ਬਣਾ ਕੇ ਕਹਿਣਾ ਅੱਜ ਮੇਰਾ ਆਫਿਸ ਦਾ ਦਿਨ ਮਾੜਾ ਨਿਕਲਿਆ ਅੱਜ ਤੋਂ ਮੈਨੂੰ ਬੁਲਾਉਣਾ ਨਹੀਂ ਹੈ। ਲੇਡੀ ਨੇ ਉੱਥੋਂ ਸ਼ੁਰੂ ਹੋ ਜਾਣਾ ਕਿ ਉਹਦੀ ਪੈਰਵੀ ਕਰਨਾ ਖਾਣਾ ਦੇਣਾ ਇਹ ਕਰਨਾ ਬੱਚਿਆਂ ਨੂੰ ਵੀ ਕਹਿਣਾ ਉੱਥੇ ਬਹਿ ਜਾਓ ਤੁਹਾਡਾ ਡੈਡੀ ਆਇਆ ਤੰਗ ਨਹੀਂ ਕਰਨਾ ਉਹ ਦਫ਼ਤਰ ਤੋਂ ਆਇਆ। ਕਿਉਂ ਬਈ ਉੱਥੇ ਲੇਡੀਜ਼ ਅਤੇ ਮੇਲ ਐਂਡ ਫੀਮੇਲ 'ਚ ਡਿਫਰੈਂਸ ਕਿਉਂ? ਹਾਂ ਅਸੀਂ ਉੱਥੇ ਮੈਂ ਵਾਪਸ ਜਾ ਰਹੀ ਹਾਂ ਜੋ ਸਾਡੇ ਬੱਚਿਆਂ ਦੀ ਪਰਵਰਿਸ਼ ਜਿਹੜੇ ਮੇਲ ਐਂਡ ਫੀਮੇਲ ਡਿਸਕ੍ਰੀਮੀਨੇਸ਼ਨ ਜੇ ਸਾਡੇ ਘਰ ਦੇ ਵਿੱਚ ਡਾਟਰ ਸਾਡੀ ਅਸੀਂ ਮੁੰਡੇ ਮੈਂ ਮੁੰਡੇ ਅਤੇ ਕੁੜੀਆਂ ਜੇ ਉਹਨਾਂ ਨੂੰ ਅਸੀਂ ਪੂਰੇ ਡਿਟੇਲ ਦੀ ਪੂਰੀ ਪਰਵਰਿਸ਼ ਦਿੰਦੇ ਹਾਂ ਇਹ ਡਿਸਕ੍ਰੀਮੀਨੇਸ਼ਨ ਬੜੇ
ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਹੈਗੇ ਆ, ਨਾਟ ਵਨ ਕੈਟਾਗਰੀਜ਼। ਹੁਣ ਜੇ ਸਾਡੀ ਡਾਟਰ ਹੈਗੀ ਹੈ, ਮੇਰੀ ਡਾਟਰ ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਕਹਿੰਦੀ, ਮੈਂ ਕਿਸੇ ਦੀ ਵੀ ਨਹੀਂ ਕਹਿੰਦੀ, ਤੁਸੀਂ ਮੈਨੂੰ ਐਗਜ਼ਾਮਪਲ ਬਣਾ ਲਓ। ਅੱਜ ਉਹ ਪੂਰੀ ਪੜ੍ਹ ਕੇ ਆਊਟ ਗੋਇੰਗ ਹੈਗੀ ਆ, ਮੈਡਲ ਲਿਆਉਂਦੀ ਆ, ਸ਼ੀ ਵਾਂਟ ਟੂ ਡੂ ਐਨੀਥਿੰਗ, ਆਈ ਲੈਟ ਹਰ ਟੂ ਡੂ ਇਟ ਐਨੀਥਿੰਗ, ਲੈਟ ਹਰ ਟੂ ਮੀਨਸ ਜੋ ਕਰਨਾ ਚਾਹੁੰਦੀ ਮੈਂ ਉਹਨੂੰ ਕਰਨ ਦਿੰਦੀ ਹਾਂ। ਉਹਨੂੰ ਮੈਂ ਮੁੰਡਿਆਂ ਦੇ ਇਕੁਅਲੀ ਟ੍ਰੀਟ ਕਰਕੇ ਉਹਨੂੰ ਮੈਂ ਗਰੋ ਕਰ ਰਹੀ ਹਾਂ, ਮੈਨੂੰ ਕੋਈ ਡਿਫਰੈਂਸ ਨਹੀਂ ਮੇਰਾ ਮੁੰਡਾ ਜਾਂ ਉਹ ਕੁੜੀ ਆ, ਫਾਈਨ। ਜਦੋਂ ਉਹਦੀ ਮੈਰਿਜ ਹੁੰਦੀ ਆ, ਮੈਰਿਜ ਹੋ ਕੇ ਦੂਜੇ ਘਰ ਵਿੱਚ ਜਾਂਦੀ ਆ, ਉੱਥੇ ਜਾ ਕੇ ਇੱਕ ਡਾਟਰ ਨਾ ਬਣ ਜਾਂਦੀ ਆ। ਜੋ ਚੀਜ਼ ਉਹਨੂੰ ਮੈਂ ਇੱਥੇ ਦਿੱਤੀ ਆ, ਉਹ ਚੀਜ਼ ਉਹਨੂੰ ਅੱਗੇ ਨਹੀਂ ਮਿਲੀ, ਉੱਥੇ ਜਾ ਕੇ ਇੱਕ ਮਦਰ ਆ, ਉਹਦੇ ਵੀ ਅੱਗੇ ਡਾਟਰ, ਉਹਨੇ ਮੇਰੀ ਡਾਟਰ ਦੀ ਤਰ੍ਹਾਂ ਹੀ ਆਪਣੀ ਡਾਟਰ ਨੂੰ ਗਰੋ ਕੀਤਾ, ਬਿਲਕੁਲ ਉਸੇ ਹੀ ਤਰ੍ਹਾਂ, ਕੋਈ ਡਿਫਰੈਂਸ ਨਹੀਂ। ਪਰ ਉਹਦੀ ਆਪਣੀ ਡਾਟਰ ਮਾਡਰਨ ਹੋ ਸਕਦੀ ਹੈ, ਉਹਦੀ ਆਪਣੀ ਡਾਟਰ ਆਊਟ ਗੋਇੰਗ ਹੋ ਸਕਦੀ ਹੈ, ਉਹਦੀ ਆਪਣੀ ਡਾਟਰ ਇਜ਼ ਮਾਈ ਡਾਟਰ, ਉਹ ਇੱਕ ਫੈਸ਼ਨ, ਜੋ ਕੱਪੜੇ ਵਧੀਆ ਪਾਉਂਦੀ ਜਾਂ ਸ਼ਰਟ ਪਾਉਂਦੀ ਜਾਂ ਵੈਸਟਰਨਾਈਜ਼ ਆ, ਉਹ ਫੈਸ਼ਨ ਆ। ਉੱਥੇ ਜਾ ਕੇ ਡਾਟਰ ਨਾਲ ਜਿਹੜੀ ਆ ਉਹ ਕੱਪੜੇ ਪਾਏਗੀ, ਜਾਂ ਉਹ ਵੈਸਟਰਨਾਈਜ਼ ਹੋਏਗੀ, ਜਾਂ ਉਹ ਆਊਟ ਗੋਇੰਗ ਹੋਏਗੀ, ਉਹਦੇ 'ਤੇ ਧੱਬਾ ਲੱਗੇਗਾ, ਇਹ ਖਰਾਬ ਹੈ, ਦੀ ਪਰਵਰਿਸ਼ ਠੀਕ ਨਹੀਂ ਹੋਈ। ਉਹ ਡਿਫਰੈਂਸ ਕਿਹਨੇ ਦਿੱਤਾ? ਅਸੀਂ ਲੋਕਾਂ ਨੇ ਦਿੱਤਾ। ਅਸੀਂ ਕਦੇ ਡਾਟਰ ਇਨ ਲਾ ਮਾਡਰਨ ਨੂੰ ਜਾਂ ਵੈਸਟਰਨਾਈਜ਼ ਡਾਟਰ ਨੂੰ, ਡਾਟਰ ਇਨ ਲਾ ਨੂੰ ਅਤੇ ਡਾਟਰ ਦੇ ਵਿੱਚ ਇੰਨਾ ਡਿਫਰੈਂਸ ਕ੍ਰੀਏਟ ਕਰ ਦਿੱਤਾ, ਉਹਨੂੰ ਅਸੀਂ ਕਰੈਕਟਰਾਈਜ਼ ਜੱਜ ਕਰਦੇ ਹਾਂ, ਜੱਜਮੈਂਟਲ ਹੁੰਦੇ ਹਾਂ ਉੱਥੇ, ਅਸੀਂ ਉਹਦੇ ਕਰੈਕਟਰ ਦੇ ਸਰਟੀਫਿਕੇਟ ਦਿੰਦੇ ਹਾਂ। ਜੇ ਮੇਰੀ ਡਾਟਰ ਇਨ ਲਾ, ਮੈਂ ਆਪ ਕਹਿੰਦੀ ਹਾਂ, ਜੇ ਮੇਰੀ ਡਾਟਰ ਇਨ ਲਾ ਆਏਗੀ ਤਾਂ ਮੈਨੂੰ ਲੱਗੇਗਾ ਨਹੀਂ ਇਹ ਨਹੀਂ ਕਰ ਸਕਦੀ, ਇਹ ਕਰ ਸਕਦੀ, ਕਿਉਂਕਿ ਉਹ ਇੱਕ ਨੂੰਹ ਆ ਤੁਹਾਡੇ। ਜੇ ਤੁਹਾਡੀ ਡਾਟਰ ਕਰਦੀ ਆ, ਇਸ ਫਾਈਨ, ਮੇਰੀ ਡਾਟਰ ਮਾਡਰਨ ਆ, ਵੈਸਟਰਨਾਈਜ਼ ਆ, ਉਹ ਸਭ ਕੁਛ ਕਰ ਸਕਦੀ ਆ, ਨੋ ਪ੍ਰੋਬਲਮ, ਉਹਦੀ ਕੈਪੇਬਿਲਿਟੀ। ਮੈਂ ਤਾਂ ਉਹਨੂੰ ਰੇਜ਼ ਹੀ ਮੁੰਡਿਆਂ ਵਾਂਗੂ ਕੀਤਾ। ਜਦੋਂ ਅਸੀਂ ਦੂਜੇ ਦੀ ਡਾਟਰ ਨੂੰ ਆਪਣੀ ਡਾਟਰ ਨਾਲ ਬਣਾ ਕੇ ਲਿਆਉਂਦੇ ਹਾਂ, ਜੇ ਉਸ ਘਰ ਵਿੱਚ ਵੀ ਮੁੰਡਿਆਂ ਵਾਂਗੂ ਰੇਜ਼ ਹੋਈ ਆ, ਤਾਂ ਅਸੀਂ ਆਪਣੀ ਡਾਟਰ ਨਾਲ ਨੂੰ ਡਾਟਰ ਦੀ ਤਰ੍ਹਾਂ ਜਗ੍ਹਾ ਕਿਉਂ ਨਹੀਂ ਦੇ ਸਕਦੇ? ਅਸੀਂ ਉੱਥੇ ਜਾ ਕੇ ਜੱਜਮੈਂਟਲ ਕਿਉਂ ਹੋ ਜਾਂਦੇ? ਉੱਥੇ ਜਾ ਕੇ ਸਾਨੂੰ ਸਮਾਜ ਦੀਆਂ ਗੱਲਾਂ, ਸਮਾਜ ਦੀਆਂ ਅੱਖਾਂ ਕਿਉਂ ਖਾਣ ਲੱਗਦੀਆਂ? ਉਹ ਸਮਾਜ ਕਿਹਨੇ ਬਣਾਇਆ? ਅਸੀਂ ਲੋਕਾਂ ਨੇ ਉਹ ਸਮਾਜ ਬਣਾਇਆ, ਅਸੀਂ ਲੋਕਾਂ ਨੇ ਉਹਨੂੰ ਚੇਂਜ ਕਰਨਾ। ਜੇ ਚੇਂਜ ਨਹੀਂ ਕੀਤਾ, ਇੱਕ ਨਾ ਇੱਕ ਦਿਨ ਤੁਸੀਂ ਇਹ ਜਨਰੇਸ਼ਨ ਨੂੰ ਲੂਜ਼ ਕਰ ਜਾਓਗੇ। ਜਿੱਥੇ ਉਹ ਚੇਂਜ ਨਹੀਂ ਹੁੰਦਾ, ਉੱਥੇ ਕੀ ਹੁੰਦਾ? ਬੇਟੇ ਨੇ ਗਰੋ ਅਪ ਹੋਇਆ, ਉਹਨੇ ਤਾਂ ਮਾਂ ਦੀ ਸੁਣਨੀ, ਜੇ ਮਾਂ ਦੀ ਨਹੀਂ ਸੁਣਦਾ, ਵਾਈਫ ਦੀ ਸੁਣੇਗਾ। ਉਹ ਮਦਰ ਐਂਡ ਵਾਈਫ ਦੇ ਵਿੱਚ ਕਰਸ਼ ਹੁੰਦਾ, ਜਿਹੜਾ ਹਸਬੈਂਡ, ਉਹਨੂੰ ਮਦਰ ਦਾ ਲਵ ਵੀ ਚਾਹੀਦਾ, ਉਹਨੂੰ ਲਾਈਫ ਵੀ ਚਾਹੀਦੀ, ਉਹਨੂੰ ਵਾਈਫ ਵੀ ਚਾਹੀਦੀ ਆ। ਜੇ ਲਾਈਫ ਐਂਡ ਵਾਈਫ ਦੇ ਵਿੱਚੋਂ ਉਹਨੂੰ ਤੁਸੀਂ ਪਿੱਕ ਕਰਨ ਲਈ ਇੱਕ ਚੀਜ਼ ਕਹੋਗੇ, ਉੱਥੇ ਅਸੀਂ ਕਿਤੇ ਨਾ ਕਿਤੇ ਆਪ ਹੀ ਜ਼ਿੰਮੇਵਾਰ ਹੋਵਾਂਗੇ। ਜਿਹੜਾ ਅੱਜ ਦਾ ਸਾਡਾ ਇੰਡੀਆ ਦਾ ਡਿਵੋਰਸ ਰੇਟ ਅਪ ਹੋਇਆ, ਇਹ ਇੱਕ ਵਜ੍ਹਾ ਹੈਗੀ ਹੈ, ਇਹਨੂੰ ਗਲਤ ਨਾ ਲੈ ਲਿਓ ਕਿ ਸਾਰੇ ਡਿਵੋਰਸ ਰੇਟ ਦਾ ਇੱਕੋ ਰੀਜ਼ਨ ਆ, ਨਹੀਂ ਨਹੀਂ ਨਹੀਂ, ਇਹ ਕਿਤੇ ਨਾ ਕਿਤੇ ਸਮ ਪਰਸੈਂਟੇਜ ਇਹ ਪਲੇ ਕਰਦੀ ਹੈ ਰੋਲ, ਕਿਉਂਕਿ ਅਸੀਂ ਜਾ ਕੇ ਮਾਂ ਬਣ ਸਕਦੇ, ਮਾਦਰ ਉਹਨਾਂ ਮਾਂ ਕਿਉਂ ਨਹੀਂ ਬਣ ਸਕਦੇ? ਉਹ ਕਿਉਂ ਨਹੀਂ ਇੱਕ ਆਪਣੀ ਡਾਟਰ ਉਹਨਾਂ ਨੂੰ ਮਾਡਰਨ ਡਾਟਰ ਉਹਨਾਂ ਦੇ ਨਾਂ 'ਤੇ, ਇੱਕ ਮੁੰਡੇ ਦੇ ਬਰਾਬਰ ਕਮਾਉਣ ਵਾਲੀ, ਮੁੰਡੇ ਦੇ ਬਰਾਬਰ ਬੈਠ ਕੇ ਖਾਣ ਵਾਲੀ, ਮੁੰਡੇ ਦੇ ਬਰਾਬਰ ਨੌਲੇਜ ਰੱਖਣ ਵਾਲੀ, ਐਜੂਕੇਟਡ ਵੂਮੈਨ ਨੂੰ ਇੱਕ ਡਾਟਰ ਕਿਉਂ ਨਹੀਂ ਬਣਾ ਸਕਦੀ? ਇਹ ਵੀ ਸਾਡੇ ਸਮਾਜ ਦੀ ਇੱਕ ਡਿਸਕ੍ਰਿਮੀਨੇਸ਼ਨ ਆ, ਡਾਟਰ ਡਾਟਰ ਉਹਨਾਂ ਦੇ ਵਿੱਚ। ਉਹ ਡਾਟਰ ਉਹਨਾਂ ਦੇ ਵਿੱਚ ਕਿਉਂ ਆਈ? ਕਿਉਂਕਿ ਅਸੀਂ ਕਦੇ ਮੇਲ ਫੀਮੇਲ ਨੂੰ ਇਕੁਅਲ ਰਾਈਟਸ ਨਹੀਂ ਦਿੰਦੇ। ਜਦੋਂ ਸਾਡੇ ਕੋਲ ਇਕੁਅਲ ਰਾਈਟਸ ਆ ਗਏ, ਸਾਡਾ ਮਾਇੰਡ ਸੈੱਟ ਠੀਕ ਹੋ ਗਿਆ, ਸਾਡੇ 'ਚ ਕੋਈ ਫਰਕ ਹੀ ਨਹੀਂ ਰਹਿਣਾ ਕਿ ਮੇਰਾ ਮੁੰਡਾ ਜਾਂ ਕੁੜੀ ਆ, ਮੇਰੀ ਡਾਟਰ ਜਾਂ ਡਾਟਰ ਉਹਨਾਂ। ਪਰ ਅਸੀਂ ਰੇਜ਼ ਕਰਦੇ ਹਾਂ, ਠੀਕ ਆ, ਕੁਛ ਪਰਸੈਂਟੇਜ ਪੇਰੈਂਟਸ ਨਹੀਂ ਕਰਦੇ ਡਿਫਰੈਂਸ, ਪਰ ਹਾਈ ਪਰਸੈਂਟੇਜ ਦੇ ਵਿੱਚ ਇਹ ਫਰਕ ਹੈਗਾ। ਜਿਹੜੇ ਨਹੀਂ ਕਰਦੇ ਉਹ ਫਿਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਹੁੰਦੇ ਆ, ਇਹਨਾਂ ਲੋਕਾਂ ਨੇ ਤਾਂ ਸ਼ਰਮ ਉਤਾਰੀ, ਇਹਨਾਂ ਦੀ ਨੂੰਹ ਦੇਖੋ ਕਿੱਦਾਂ ਤੁਰੀ ਫਿਰਦੀ। ਪਲੀਜ਼, ਮੈਂ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਕਹਿੰਦੀ ਹਾਂ, ਕਿਸੇ ਦੇ ਬੱਚਿਆਂ ਨੂੰ ਜੱਜ ਕਰਨਾ ਬੰਦ ਕਰੋ। ਜਦੋਂ ਤੁਸੀਂ ਇਸ ਚੀਜ਼ ਛੱਡ ਦਿਓਗੇ, ਫਿਰ ਤੁਸੀਂ ਛੱਡੋਗੇ, ਤੁਸੀਂ ਕੌਣ? ਮੈਂ, ਸਾਰਾ ਮੇਰਾ ਸਮਾਜ। ਜਦੋਂ ਅਸੀਂ ਇਹ ਚੀਜ਼ਾਂ ਛੱਡ ਦੇਵਾਂਗੇ, ਆਟੋਮੈਟਿਕਲੀ ਸਾਡੇ ਬੱਚੇ ਇੱਕ ਓਪਨ ਇਨਵਾਇਰਮੈਂਟ ਦੇ ਵਿੱਚ ਵੱਡੇ ਹੋਣਗੇ। ਜਦੋਂ ਓਪਨ ਇਨਵਾਇਰਮੈਂਟ ਦੇ ਵਿੱਚ ਵੱਡੇ ਹੋਣਗੇ, ਓਪਨਲੀ ਤੁਹਾਨੂੰ ਵੀ ਵੈਲਕਮ ਕਰਨਗੇ, ਉਹਨਾਂ ਨੂੰ ਕਦੇ ਰਿਸਟ੍ਰਿਕਸ਼ਨ ਦੀ ਰਿਅਲਾਈਜੇਸ਼ਨ ਨਹੀਂ ਹੋਏਗੀ, ਮੇਰੇ 'ਤੇ ਕੋਈ ਰਿਸਟ੍ਰਿਕਸ਼ਨ ਲੱਗੇ। ਉਹਨਾਂ ਦੀ ਗਰੋਥ ਇੱਦਾਂ ਕਰੋ, ਉਹਨਾਂ ਨੂੰ ਵੱਡੇ ਇੱਦਾਂ ਕਰੋ, ਉਹਨਾਂ ਦੇ ਸੈਲਫ ਡਿਸਿਪਲਿਨ ਬਣਾ ਦਿਉ ਉਹਨਾਂ ਨੂੰ, ਤਾਂ ਕਿ ਉਹ ਆਪਣੀਆਂ ਲਕੀਰਾਂ ਆਪ ਖਿੱਚਣੀਆਂ ਸਿੱਖ ਲੈਣ ਕਿ ਮੈਂ ਇੱਥੇ ਇਹ ਹੱਦ ਤੱਕ ਜਾਣਾ, ਇਹ ਹੱਦ ਤੱਕ ਨਹੀਂ ਜਾਣਾ। ਜਦੋਂ ਸਾਡੀ ਪਰਵਰਿਸ਼ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਫੇਲੀਅਰ ਹੈਗੇ ਹਾਂ, ਤਾਂ ਡੈਫੀਨੇਟਲੀ ਸਾਨੂੰ ਰਿਸਟ੍ਰਿਕਸ਼ਨ ਮਰਨ ਤੱਕ ਹੀ ਦੇਣੀਆਂ ਪੈਣੀਆਂ ਨੇ। ਜਦੋਂ ਅਸੀਂ ਕੁਛ ਨਹੀਂ ਕਰ ਸਕਦੇ, ਜਦੋਂ ਰਿਸਟ੍ਰਿਕਸ਼ਨ ਦੇ ਵਿੱਚ ਅਸੀਂ ਰੋਂਦੇ ਰਹਿੰਦੇ ਹਾਂ, ਮੇਰੀ ਸੁਣਦਾ ਨਹੀਂ, ਮੇਰੀ ਕਰਦਾ, ਕਿਉਂਕਿ ਬਈ
ਅਸੀਂ ਸੁਣਨ ਵਾਲੀਆਂ ਗੱਲਾਂ ਕਿਉਂ ਬਣਾਉਂਦੇ ਹਾਂ? ਉਹ ਕਿਤੇ ਨਾ ਕਿਤੇ ਆਪਣੀ ਲਾਈਫ ਦੇ ਵਿੱਚ ਸ਼ੁਰੂ ਕਰ ਲਿਆ, ਉਹਨਾਂ ਦੀ ਲਾਈਫ ਸ਼ੁਰੂ ਹੋ ਗਈ ਆ, ਵੱਡੇ ਹੋ ਗਏ, ਉਹਨਾਂ ਦੇ ਅੱਗੇ ਬੱਚੇ ਨੇ, ਤੁਸੀਂ ਉਹਨਾਂ ਨੂੰ ਇੰਨਾ ਜਿਹਾ ਪ੍ਰੋਪਰਲੀ ਸਟਰੋਂਗ ਰੂਟਸ ਦੇ ਨਾਲ ਵੱਡੇ ਕਰੋ। ਇੱਕ ਤਾਂ ਉਹਨਾਂ ਨੂੰ ਜੈਂਡਰ ਡਿਫਰੈਂਸ ਨਾ ਹੋਵੇ, ਨੰਬਰ 2 ਤੇ ਪ੍ਰੋਪਰ ਇਨਸਾਨ ਹੋਣ, ਨੰਬਰ 3 ਤੇ ਦੇ ਸ਼ੁੱਡ ਨੋ ਕਿ ਹਾਊ ਟੂ ਸੈਲਫ ਡਿਸਿਪਲਨ। ਇੱਕ ਸਹੀ ਪ੍ਰੋਪਰ ਬੰਦੇ ਦੇ ਵਿੱਚ ਸੈਲਫ ਡਿਸਿਪਲਨ ਹੋਣਾ ਇੰਨਾ ਜਿਹਾ ਜ਼ਰੂਰੀ ਆ ਜਿੰਨਾ ਜੇ ਤੁਸੀਂ ਕਹਿੰਦੇ ਹੋ ਕਮਾ ਕੇ ਰੋਟੀ ਖਾਣੀ। ਕਮਾ ਕੇ ਰੋਟੀ ਉਹੀ ਬੰਦਾ ਖਾ ਸਕਦਾ ਜਿਹੜਾ ਇਹਦੇ ਵਿੱਚ ਸੈਲਫ ਡਿਸਿਪਲਨ ਹੋਊਗਾ। ਜਿਨ੍ਹਾਂ ਦੇ ਵਿੱਚ ਸੈਲਫ ਡਿਸਿਪਲਨ ਨਹੀਂ ਹੈਗਾ ਉਹ ਇਨਸਾਨ ਨਹੀਂ ਹੋਏਗਾ। ਜਦੋਂ ਉਹ ਸੈਲਫ ਡਿਸਿਪਲਨ ਦੀਆਂ ਬੜੀਆਂ ਹੀ ਕੈਟਾਗਰੀਜ਼ ਨੇ ਜਿਹਦੇ 'ਤੇ ਮੈਂ ਗੱਲ ਕਰਨ ਲੱਗੀ, ਬਹੁਤ ਲੰਬਾ ਹੋ ਜਾਏਗਾ। ਅੱਜ ਮੈਂ ਸਿਰਫ ਜੈਂਡਰ ਡਿਫਰੈਂਸ ਦੇ ਉੱਤੇ, ਜੈਂਡਰ ਡਿਸਕ੍ਰਿਮੀਨੇਸ਼ਨ 'ਤੇ ਗੱਲ ਕਰ ਰਹੀ। ਜੇ ਤੁਹਾਡਾ ਬੇਟਾ ਘਰ ਦੇ ਵਿੱਚ ਖਾਣਾ ਬਣਾ ਰਿਹਾ ਤਾਂ ਉਹਨੂੰ ਬਣਾਉਣ ਦਿਓ। ਕਦੇ ਡਾਕਟਰ ਨੂੰ ਨਹੀਂ ਕਹਿਣਾ ਮੁੰਡਾ ਕਿਚਨ 'ਚ ਖਾਣਾ ਬਣਾ ਰਿਹਾ, ਉਹਨੂੰ ਬਣਾਉਣ ਦਿਓ। ਅੱਜ ਦੇ ਜ਼ਮਾਨੇ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ, ਅਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ, ਮੁੰਡਿਆਂ ਅਤੇ ਕੁੜੀਆਂ ਨੂੰ। ਕੁੜੀਆਂ ਜਾ ਕੇ ਬੜੀਆਂ ਸਕਸੈਸ ਹੁੰਦੀਆਂ ਨੇ ਬਾਹਰ, ਆਊਟ ਆਫ ਕੰਟਰੀ, ਆਊਟ ਆਫ ਸਟੇਟ, ਆਊਟ ਆਫ ਸਿਟੀ। ਮੁੰਡੇ ਕਿਤੇ ਨਾ ਕਿਤੇ ਹੋਟਲਾਂ ਦੇ ਵਿੱਚ, ਢਾਬਿਆਂ ਦੇ ਵਿੱਚ ਜਾਂ ਰੋਟੀ ਤੋਂ ਭੁੱਖੇ ਗੁਰਦੁਆਰਿਆਂ ਦੇ ਵਿੱਚ ਇੱਦਾਂ ਤੁਰਦੇ ਨੇ, ਕਿਉਂਕਿ ਅਸੀਂ ਉਹਨਾਂ ਨੂੰ ਪ੍ਰੋਪਰ ਪ੍ਰਪੇਅਰ ਹੀ ਨਹੀਂ ਕੀਤਾ। ਜੇ ਘਰ 'ਚ ਇੱਕ ਬੇਟਾ, ਤੁਹਾਡੀ ਇੱਕ ਬੇਟੀ ਹੈ, ਤੁਸੀਂ ਬੇਟੀ ਨੂੰ ਕਹੋਗੇ ਕਿਚਨ 'ਚ ਜਾ ਕੇ ਕੰਮ ਕਰ, ਬੇਟੇ ਨੂੰ ਨਹੀਂ ਕਹੋਗੇ? ਮੈਂ ਸਾਰੀਆਂ ਮਾਵਾਂ ਨੂੰ ਰਿਕੁਐਸਟ ਕਰਦੀ ਹਾਂ, ਪਲੀਜ਼ ਆਮ ਬੈਗ ਕਰਦੀ ਹਾਂ ਕਿ ਆਪਣੇ ਮੁੰਡਿਆਂ ਨੂੰ ਕਿਚਨ ਦੇ ਸਾਰੇ ਕੰਮ ਸਿਖਾਓ। ਹੁਣ ਅੱਗੇ ਅੱਗੇ ਸਾਡੀ ਜਨਰੇਸ਼ਨ ਦੇ ਵਿੱਚ ਇੱਕ ਜਾਂ ਦੋ ਬੱਚੇ ਹੈਗੇ ਨੇ, ਮੇਲ ਜਾਂ ਫੀਮੇਲ ਜਾਂ ਦੋਨੋਂ ਫੀਮੇਲਸ। ਜਦੋਂ ਅਸੀਂ ਉਹਨਾਂ ਦੀ ਪ੍ਰੋਪਰ ਪਰਵਰਿਸ਼ ਬਣਾ ਕੇ, ਜਿਹੜਾ ਤਾਂ ਉਹਨਾਂ ਨੂੰ ਪੱਕੇ ਨਹੀਂ ਬਣਾਇਆ, ਹਰ ਇੱਕ ਤਰ੍ਹਾਂ ਦੇ ਨਾਲ ਪ੍ਰਪੇਅਰ ਨਹੀਂ ਕੀਤਾ, ਉਹ ਇਸ ਸਮਾਜ 'ਚ ਨਹੀਂ ਰਹਿ ਸਕਦੇ। ਇਸ ਸਮਾਜ ਕੇ ਪੂਰੇ ਵਰਲਡ 'ਚ ਨਹੀਂ ਸਰਵਾਈਵ ਕਰਨਗੇ, ਕਿਤੇ ਨਾ ਕਿਤੇ ਉਹ ਵੀਕ ਪੈ ਜਾਣਗੇ। ਉਹਨਾਂ ਨੂੰ ਵੀਕ ਨਾ ਪੈਣ ਕਰਕੇ ਮੁੰਡੇ ਅਤੇ ਕੁੜੀ ਦੀ ਇਕੁਅਲੀ ਪਰਵਰਿਸ਼ ਕਰੋ, ਇਕੁਅਲੀ ਉਹਨੂੰ ਸਾਰਾ ਕੁਝ ਸਿਖਾਓ। ਜੇ ਸਿਲਾਈ ਸਿਖਾਉਣ ਲਈ ਕਹਿੰਦੇ, ਕੁੜੀਆਂ ਨੂੰ ਸਿਖਾਓ, ਮੁੰਡਿਆਂ ਨੂੰ ਕਿਉਂ ਨਹੀਂ? ਕਿ ਉਹਨਾਂ ਦੀ ਕਦੀ ਸ਼ਰਟ ਦਾ ਬਟਨ ਨਹੀਂ ਟੁੱਟਦਾ, ਜਾਂ ਉਹਨਾਂ ਦੀ ਕਦੀ ਪੈਂਟ ਨਹੀਂ ਉਧੜਦੀ, ਜਾਂ ਉਹਨਾਂ ਨੂੰ ਕਦੀ ਸਿਲਾਈ ਦੀ ਜ਼ਰੂਰਤ ਨਹੀਂ ਪੈਂਦੀ? ਪੈਂਦੀ ਹੈ। ਉਹਨਾਂ ਨੂੰ ਵੀ ਤੁਸੀਂ ਇਕੁਅਲੀ ਸਿਖਾਓ। ਹਰ ਇੱਕ ਇਨਸਾਨ ਨੂੰ ਹਰ ਇੱਕ ਕੰਮ ਆਉਣਾ ਚਾਹੀਦਾ, ਉਹਨੂੰ ਕਹਿੰਦੇ ਸੈਲਫ ਮੇਡ। ਕਿ ਇੱਕ ਬਟਨ ਦੇ ਲਈ ਸ਼ਰਟ ਲੈ ਕੇ ਤੁਸੀਂ ਗਲੀ ਗਲੀ ਨਾ ਦੌੜਦੇ ਫਿਰੋ, ਉਹ ਟਾਈਮ ਐਂਡ ਸੇਵਿੰਗ। ਜਾਂ ਇਹ ਨਾ ਸੋਚੋ ਮੇਰੇ ਭੈਣ ਨੂੰ ਹੁੰਦੀ, ਮੇਰੇ ਘਰ ਵਾਲੀ ਨੂੰ ਆਉਂਦਾ ਹੁੰਦਾ, ਮੈਂ ਤਾਂ ਕਰਦਾ। ਇਹ ਸਾਰਿਆਂ ਨੂੰ ਆਉਣਾ ਚਾਹੀਦਾ। ਇਹ ਬੇਸਿਕ, ਮੈਂ ਨਹੀਂ ਕਹਿੰਦੀ, ਇੱਕ ਐਗਜ਼ਾਮਪਲ ਦਿੱਤੀ ਤੁਹਾਨੂੰ ਸਿਲਾਈ ਦਿੱਤੇ, ਬੇਸਿਕ ਲਿਵਿੰਗ ਨੀਡਸ ਨੇ ਜਿਹੜੀਆਂ ਤੁਹਾਡੀਆਂ ਡੇਲੀ ਨੀਡਸ, ਉਹ ਹਰ ਇੱਕ ਇਨਸਾਨ ਨੂੰ ਆਉਣੀਆਂ ਚਾਹੀਦੀਆਂ ਨੇ, ਹਰ ਇੱਕ ਬੱਚੇ ਨੂੰ ਆਉਣੀਆਂ ਚਾਹੀਦੀਆਂ। ਉਹ ਤਾਂ ਆਉਣਗੀਆਂ ਜੇ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਛੋਟੇ ਹੁੰਦੇ ਸਿਖਾਵਾਂਗੇ। ਮੈਂ ਇਸ ਟੋਪਿਕ 'ਤੇ, ਪਲੀਜ਼ ਮੇਰੇ ਭੈਣਾਂ ਅਤੇ ਭਰਾਵੋ, ਮੈਂ ਤੁਹਾਡੇ ਹੱਥ ਮੰਨ ਕੇ ਬੇਨਤੀ ਕਰਦੀ ਹਾਂ, ਆਪਣੇ ਬੱਚਿਆਂ ਦੇ ਵਿੱਚ ਕਦੇ ਵੀ ਫਰਕ ਨਾ ਰੱਖੋ, ਚਾਹੇ ਮੇਲ ਹੈ ਚਾਹੇ ਫੀਮੇਲ ਆ। ਇਹ ਡਿਸਕ੍ਰਿਮੀਨੇਸ਼ਨ ਨਾ ਕਰੋ, ਇਹ ਸਾਡੀ ਆਪਣੀ ਪਾਈ ਹੋਈ ਹੈ। ਤੁਹਾਡੇ ਨਾਲ ਮੈਂ ਅੱਗੇ ਇਸੇ ਟੋਪਿਕ ਨੂੰ ਅੱਗੇ ਵਧਾਉਂਦੇ ਹੋਏ ਦੁਬਾਰਾ ਮਿਲਦੀ ਹਾਂ। ਤੁਹਾਡੀ ਆਪਣੀ ਰਾਣੀ।